ਬਾਪੂ ਹੁਣੀ ਹੁਣ ਦੱਸ ਯਾਰ ਵੀ ਸੋਸ਼ਲ ਮੀਡੀਆ ਤੇ ਪਾ ਕੇ ਵੀਡੀਓ ਮੈਨੂੰ ਪਹਿਲਾਂ ਜਿਹੜਾ ਮਹਾ ਵੀ ਇਹ ਵੀ ਹੁਣ ਮਸ਼ਹੂਰ ਹੋਣ ਨੂੰ ਫਿਰਦੇ ਨੇ ਹਨਾ ਦਾੜੀ ਧੁੱਪ ਵਿੱਚ ਚਿੱਟੀ ਨਹੀਂ ਕਰਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ ਤਾਂ ਉਹ ਪਾਟੀ ਉੱਤੇ ਮੋਰ ਨਹੀਂ ਪਵਾਈ ਪੁੱਤਰਾ ਤਾਂ ਉਹ ਪਾਟੀ ਉੱਤੇ ਮੋਰ ਨਹੀਂ ਪਵਾਈ ਪੁੱਤਰਾ ਜਿਹੜੀ ਮੋਰਨੀ ਦੀ ਆਪਾਂ ਗੱਲ ਕਰਦੇ ਹਾਂ ਨਾ ਇਹ ਸਾਡਾ ਬਹੁਤ ਪੁਰਾਣਾ ਅਸਲ ਨੂੰ ਮੈਂ ਸੱਭਿਆਚਾਰ ਕਹਿ ਸਕਦੇ ਹਾਂ ਮੋਰਨੀਆਂ ਹੁਣ ਵੀ ਪੈਂਦੀਆਂ ਨੇ ਪਰ ਹੁਣ ਮੋਰਨੀਆਂ ਨਹੀਂ ਪੈਂਦੀਆਂ ਹੁਣ ਟੈਟੂ ਕਹਿ ਦਿੰਦੇ ਆਪਾਂ ਹੈ ਨਾ ਟੈਟੂ ਪਵਾ ਲੈਂਦੇ ਨੇ ਡੌਲਿਆਂ 'ਤੇ ਨਾ ਤਾਂ ਉਹ ਡੌਲੇ ਨੇ ਨਾ ਮੋਰਨੀ ਪਵਾਉਣ ਵਾਸਤੇ ਉਹ ਪੱਟ ਅਸਲ ਦੇ ਵਿੱਚ ਤੁਹਾਡਾ ਰਿਸ਼ਤਾ ਕੀ ਹੈ ਕਿਉਂਕਿ ਸੋਸ਼ਲ ਮੀਡੀਆ 'ਤੇ ਹਮੇਸ਼ਾ ਦਾਦਾ ਪੋਤਾ ਇਹੀ ਜ਼ਿਕਰ ਹੁੰਦਾ ਅਤੇ ਤੱਕ ਵੀ ਇਹੀ ਦੋ ਸ਼ਬਦਾਂ ਨੇ ਪਾਈ ਹੋਈ ਹੈ ਅਸਲ 'ਚ ਰਿਸ਼ਤਾ ਕੀ ਹੈ ਰਿਸ਼ਤਾ ਵੈਸੇ ਦਾਦੇ ਪੋਤੇ ਵਾਲੀ ਕਹਿ ਲਈਏ ਆਪਾਂ ਪਿਓ ਪੁੱਤ ਵਾਲਾ ਕਹਿ ਲਈਏ ਇਹੀ ਹੈ ਕਿਉਂਕਿ ਜਿਹੜਾ ਦੁਨੀਆ ਨੇ ਦੇਤਾ ਉਹ ਰਿਸ਼ਤਾ ਵਧੀਆ ਹੈ ਜਿਹੜਾ ਨਾ ਦੁਨੀਆ ਨੇ ਦਿੱਤਾ ਸੱਥ ਦੇ ਵਿਚਾਲੇ ਤਾਂ ਹੀ ਲਾਸ਼ਾਂ ਰੋਲੀਆਂ ਰੋਗ ਦਿੱਤੇ ਕੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਭੁੰਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ ਰੱਬ ਕਹਾ ਬੁੱਕਲੇ ਚੋਂ ਕੱਢ ਲਈ ਰਫਲ ਸ਼ੇਰ ਨੇ ਸਿੱਟ ਖੇਸ ਨੂੰ ਪਰੇ ਹੋ ਬੁੱਕਲੇ ਚੋਂ ਕੱਢ ਲਈ ਰਫਲ ਸ਼ੇਰ ਨੇ ਸਿੱਟ ਖੇਸ ਨੂੰ ਪਰੇ ਦਾੜ ਦਾੜ ਕਰ ਦਿੱਤੇ ਫੈਰ ਫੇਰ ਨੇ ਰੋਂਦ ਨਿਕਲੇ ਪਰੇ ਬਾਪੂ ਬਾਪੂ ਹੋਈ ਜਾਵੇ ਬੱਚੇ ਕਹੇ ਬਾਪੂ ਬਹੁਤ ਵਧੀਆ ਬਹੁਤ ਚੰਗਾ ਲੱਗਿਆ ਨਾ ਹੋਰ ਚਾਹੀਦਾ ਕੀ ਹੈ ਜੇ ਬੰਦੇ ਨੂੰ ਬਾਪੂ ਦਾ ਉਹ ਨਹੀਂ ਫੁੱਲਿਆ ਸਮਾਉਂਦਾ ਜਿਹਨੂੰ ਆਪਦੇ ਜਵਾਕ ਬਾਪੂ ਕਹਿੰਦੇ ਹੁਣ ਬਾਪੂ ਨੂੰ ਸਾਰੇ ਪੰਜਾਬ ਦੇ ਜਵਾਕ ਬਾਪੂ ਕਰਦੇ ਮੱਟ ਸ਼ੇਰੋ ਵਾਲੇ ਨਾਲ ਕਿੱਦਾਂ ਸਵੱਬ ਬਣਿਆ ਕਿਵੇਂ ਉਹਨਾਂ ਕਿਉਂਕਿ ਅਕਸਰ ਉਹਨਾਂ ਦੇ ਨਾਲ ਤੁਸੀਂ ਦੇਖੇ ਜਾਂਦੇ ਹੋ ਉਹਨਾਂ ਦੇ ਗੀਤ ਗਾਉਂਦੇ ਹੋ ਪੱਟ ਦੀ ਮੋਰਨੀ ਉਹਨਾਂ ਦਾ ਲਿਖਿਆ ਹੋਇਆ ਕਿਵੇਂ ਉਹਨਾਂ ਨਾਲ ਸਵੱਬ ਬਣਿਆ ਪਹਿਲਾਂ ਤਾਂ ਗੱਲਬਾਤ ਹੋਰ ਵੀ ਇਹਦੇ 'ਚ ਲੰਬੀ ਚੌੜੀ ਕਾਹਨੂੰ ਛੇੜਨੀ ਹੈ ਜਿਹੜੇ ਬੰਦੇ ਨੇ ਜਿਹੜੀ ਪਹਿਲਾਂ ਪਹਿਲੀ ਵਾਰੀ ਮੈਂ ਮਿਲਿਆ ਮੱਟ ਪਈ ਜਦੋਂ ਮੈਂ ਗਾਉਂਦਾ ਦੇਖਿਆ ਉਹ ਮੁੱਕਰ ਗਿਆ ਸੀ ਕਹਿੰਦਾ ਵੀ ਆਪਣੇ ਏਰੀਏ ਦਾ ਹੈ ਨਹੀਂ ਬੰਦਾ ਇਹ ਕਿਹੜੇ ਬਾਗ ਦੀ ਮੂਲੀ ਤੂੰ ਸ਼ਮਲਿਆ ਵੇ ਇਹ ਧੂਣੇ ਸਾਧਾਂ ਦੇ ਠੰਡੇ ਕਰ ਠਾਰ ਦਿੰਦਾ ਤੈਨੂੰ ਹੁਸਨ ਡਲਾਊ ਪਰ ਸਿਦਕੋ ਨਾ ਡੋਲੀ ਰਾਂਝੇ ਮਿਰਜੇ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਤੈਨੂੰ ਹੁਸਨ ਡਲਾਊ ਪੁੱਤ ਸਿਦਕੋ ਨਾ ਡੋਲੀ ਹੋ ਰਾਂਝੇ ਮਿਰਜਿਆਂ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਖੱਬੇ ਮੋੜ ਤੇ ਸਲੇਟੀ ਖੱਬੇ ਮੋੜ ਤੇ ਸਲੇਟੀ ਸੱਜੇ ਪੱਟ ਦਾ ਸਰਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈਂ ਮੰਜ਼ਿਲ ਤੇ ਜਾਣਾ ਗੀਤਕਾਰ ਨੇ ਹਰਪਾਲ ਸਿੰਘ ਸ਼ਮਲਾ ਜੀ ਸਾਡੇ ਨਾਲ ਉਹ ਵੀ ਮੌਜੂਦ ਨੇ ਤੇ ਆਓ ਤੁਹਾਨੂੰ ਉਹਨਾਂ ਦੇ ਵੀ ਰੂਬਰੂ ਕਰਵਾ ਦਿੰਦੇ ਹਾਂ ਮੈਨੂੰ ਲਿਖਣ ਦਾ ਸ਼ੌਕ ਸੀ ਇਹਨਾਂ ਨੂੰ ਪਹਿਲਾਂ ਤੋਂ ਹੀ ਗਾਉਣ ਦਾ ਸ਼ੌਕ ਸੀ ਕੰਪਨੀਆਂ ਆਉਂਦੀਆਂ ਨੇ ਜੀ ਆਇਆਂ ਨੂੰ ਜਿਹੜੀ ਦੂਜੀ ਗੱਲ ਨਾ ਅਸੀਂ ਅਸਲ ਦੇ ਵਿੱਚੋਂ ਦਿਲੋਂ ਹੈਗੇ ਆ ਪੜਾਸ ਕੱਢਣ ਵਾਲੇ ਦਿਲੋਂ ਪੜਾਸ ਕੱਢਣ ਵਾਲੇ ਤੇ ਅਸੀਂ ਕਿਸੇ ਦੀਆਂ ਬੰਦਸ਼ਾਂ 'ਚ ਰਹਿ ਕੇ ਵੀ ਨਹੀਂ ਚੱਲ ਸਕਦੇ ਅੱਜ ਤਾਂ ਐਂ ਵੀ ਸਿੱਧਾ ਜੱਟ ਬੂਟ ਸੌਦਾ ਸਿੱਧਾ ਕੰਮ ਹੈ ਅੱਜ ਤਾਂ ਵੀਡੀਓ ਵੀ ਤੁਸੀਂ ਦੇਖਿਆ ਉਹ ਵੀ ਐਡੀਟੂਡ ਵੀ ਨਹੀਂ ਕਰਕੇ ਪਾਉਂਦੇ ਇਹਦੀ ਜਿਹੜੀ ਬਣਾਈ ਬਸ ਕੈਮਰੇ 'ਤੇ ਕੈਮਰੇ ਜਿਵੇਂ ਉਰੇ ਚੱਲ ਰਹੇ ਹਾਂ ਜਿਵੇਂ ਅਸੀਂ ਮੋਟਰਾਂ 'ਤੇ ਖੇਤਾਂ 'ਚ ਚੱਲਦੇ ਹਾਂ ਉਹ ਕਹਿੰਦੇ ਬਾਈ ਤੂੰ ਕਹੀ ਆ ਨਾ ਕਰ ਦਿਓ ਸ਼ਮਲਾ ਜੀ ਲਿਖਣ ਵਾਲੇ ਤਾਂ ਮੰਨਦੇ ਨਹੀਂ ਇਸ ਗੱਲ ਨੂੰ ਮੈਂ ਕਿਹਾ ਨਹੀਂ ਤੁਸੀਂ ਕਰ ਦਿਓ ਕਹਿੰਦੇ ਵੀ ਨਹੀਂ ਇੱਦਾਂ ਨਹੀਂ ਫਿਰ ਹੁਣ ਫਿਰ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਚੰਗਾ ਫਿਰ ਜੇ ਤੂੰ ਕਹਿਣਾ ਸੀ ਕਰ ਦਿੰਦਾ ਪਰ ਉਹਨਾਂ ਤੋਂ ਜਾ ਕੇ ਮੈਨੂੰ ਕਾਪੀਰਾਈਟ ਤੂੰ ਇੰਨੀ ਵਧੀਆ ਚੀਜ਼ ਨਹੀਂ ਹੋ ਬਿਨ ਕਰਮ ਕਮਾਇਆ ਤੋਂ ਉਹਦੇ ਦਰ ਨੀਵਾਂ ਹੋਣਾ ਪਊ ਜੇ ਸ਼ਮਲੇ ਵਾਲਿਆ ਨਾ ਮੰਨੀ ਹੱਥ ਮਾਰ ਮੱਥੇ ਤੇ ਰੋਣਾ ਪਊ ਜੇ ਨਾ ਮੰਨੀ ਹਰਪਾਲ ਸਿਆ ਫਿਰ ਅੰਤ ਸਮੇਂ ਪਛਤਾਉਣਾ ਪਊ ਤੂੰ ਵੀ ਮੌਸਮੀ ਮੇਵੇ ਆਈ ਪੱਤ ਝੜਦੇ ਵਿੱਚ ਸੁੱਕ ਜਾਏਗਾ ਕੀ ਮੁਨੀਆ ਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜਾਏਗਾ ਤੂੰ ਇੰਨੀ ਵਧੀਆ ਚੀਜ਼ ਨਹੀਂ ਹੋ ਜੇਕਰ ਗੱਲ ਕਰੀਏ ਯਾਰੀ ਦੀ ਦਿਲਦਾਰੀ ਦੀ ਹੋਰ ਕੋਈ ਮਿਸਾਲ ਨਾ
रिश्ते इस अनोखे दी सब तो सोहनी यारी होए दुनिया ते दादे पोते दी सब तो सोहनी यारी होए दुनिया ते दादे पोते दी। सत श्री अकाल जी, मैं कुलविंदर कौर मुहब्बत ते इस वक्त मैं जिस जोड़ी दे तुहानू रूबरू करवाण जा रही हाँ वह इस वक्त सोशल मीडिया ते दादे पोते दी जोड़ी तो बहुत तक पाई हुई है। उन्होंने गुरु नानक देव जी के फलसफिया अपने गीतों च परोंदे नज़र आते हैं ते कदे सोशल मीडिया ते पट ते छपवाई मोरनी का जवाब देंदे नज़र आते हैं। तो मेरे नाल इस वक्त ने कुलदीप चट्ठा जी ते बापू मेवा सिंह पालिया। सत श्री अकाल जी। सत श्री अकाल जी। स्वागत है तुहाडा जी मीडिया ते बहुत बहुत। होर की हाल चाल ने? हाल चाल बहुत वधिया ते साडे वल्लों जिहड़े जी मीडिया नूं देखदे आ सारे स्रोतां दे ते तुहाडा दिल दीआं गहराईआं दे विचों मैं जिहड़ी कुलदीप चट्ठा ते बापू मेवा सिंह जी पालिया ते हरपाल सिंह जी शामला साडे जिहड़े ग्रुप राइटर ने उहनां वल्लों तुहाडा सारिआं दा ते स्रोतां दा बहुत बहुत धन्नवाद। होर बापू जी तुहाडा की हाल चाल है? बहुत वधिया बेटा, चढ़दी कला है, ठीक है। सब तो पहला तो दर्शकों को यह दसो कि असल दे विच तुहाडा रिश्ता की है, क्योंकि सोशल मीडिया ते हमेशा दादा पोता यही जिक्र हुंदे ते तक भी यही दो शब्दों ने पाई हुई है, असल च रिश्ता की है? असल च रिश्ता यूं यारी दोस्ती है बस ते हैगा तां वैसे मेरे प्यों समान है ते मेरे दादियां समान ने बापू जी होनी ते रिश्ता वैसे दादे पोते वाली कह लिए आपां प्यो पुत वाला कह लिए यही है, क्योंकि जिहड़ा दुनिया ने देता वह रिश्ता वधी है, जिहड़ा ना दुनिया ने दिता है। वैसे ऊं जे दसां क्योंकि मेरे फादर साहब सरदार गुरचरण सिंह जी चट्ठा वह भी कविशरी गाँवते सीगे ते बापू जी उन्हां दे दोस्त है, पहलां तो उन्हां दे दोस्त है बापू जी होनी ते तां करके उन्हां ने मिलाया, ये लंबी गलबात है। अच्छा बापू जी, तुसीं दसो कि ਤੁਹਾਡਾ ਦੋਵਾਂ ਦੀ ਗਾਇਕੀ ਦੇ ਵਿੱਚ ਆਉਣ ਦਾ ਸਫ਼ਰ ਅਤੇ ਸਵੱਬ ਕਿੱਦਾਂ ਬਣਿਆ, ਇਕੱਠੇ ਕਿੱਦਾਂ ਹੋਏ ਤੁਸੀਂ? ਸਵੱਬ ਬੇਟਾ ਸਾਡਾ ਇਹ ਬਣਿਆ ਕਿ ਇਹਨਾਂ ਦੇ ਡੈਡੀ ਜੀ ਮੇਰੇ ਨਾਲ ਇੱਕ ਪ੍ਰੋਗਰਾਮ ਕਰਾਉਣ ਆਏ ਸੀਗੇ ਕਵੀਸ਼ਰੀ ਦਾ, ਉਹ ਇਹਨਾਂ ਨੇ ਇੱਕ ਗਾਣਾ ਪਾਇਆ ਸੀ ਮੱਟ ਸ਼ੇਰੋਂ ਵਾਲੇ ਜੀ ਦਾ, ਹਿੰਦ ਵਾਲਿਓ ਪਾਕ ਵਾਲਿਓ ਹਾੜਾ ਲੜਿਓ ਨਾ। ਮੈਂ ਉਹਨਾਂ ਨਾਲ ਗੱਲ ਕੀਤੀ ਕਿ ਕੁਲਦੀਪ ਨੂੰ ਮਿਲਾ ਸਾਨੂੰ ਵੱਡੇ ਵੀਰ ਵੀ ਅਸੀਂ ਵੀ ਇੱਦਾਂ ਕੁਛ ਗਾਣਾ ਕੋਈ ਪਾਇਆ ਕਰਾਂਗੇ, ਹੈ ਨਾ। ਅਤੇ ਇਹ ਬਸ ਇੱਕ ਦਿਨ ਇਹਦੇ ਰਿਸ਼ਤੇਦਾਰ ਦਾ ਵਿਆਹ ਸੀ, ਵਿਆਹ ਸੀਗਾ ਜੀ ਉੱਥੇ ਨਾ, ਬਾਪੂ ਜੀ ਨੇ ਹਰਪਾਲ ਸਿੰਘ ਸ਼ਮਲਾ ਸਾਹਿਬ ਉਹਨਾਂ ਦੀ ਡਿਊਟੀ ਹੁੰਦੀ ਸੀ ਭਾਦਸੋਂ, ਅਤੇ ਮੈਂ ਰਿਸ਼ਤੇਦਾਰੀ 'ਚ ਵਿਆਹ ਦੇ ਉੱਤੇ ਆਇਆ ਹੋਇਆ ਸੀਗਾ ਅਤੇ ਮੈਨੂੰ ਡੈਡੀ ਨੇ ਫੋਨ ਕਰਕੇ ਕਿਹਾ ਵੀ ਤੂੰ ਬਾਪੂ ਜੀ ਉਹਨੂੰ ਮਿਲ ਕੇ ਆਉਣਾ। ਮੈਂ ਉਦੋਂ ਪਹਿਲਾਂ ਦੇਖੇ ਸੀਗੇ ਗਾਉਂਦੇ ਇਹ, ਡੈਡੀ ਉਹਨਾਂ ਨਾਲ ਵੀ ਦੇਖੇ ਸੀ ਊਂ ਵੀ, ਕਿਉਂਕਿ ਮੈਂ ਪਹਿਲਾਂ ਕਵੀਸ਼ੀ ਦਾ ਚਲੋ ਸ਼ੌਂਕ ਸੀਗਾ ਨਾ ਬਾਪੂ ਜੀ ਉਹਨੂੰ ਦੇਖਿਆ ਸੀ ਅਤੇ, ਪਰ ਮੈਂ ਉਹਦੇ ਜਿਵੇਂ ਬਾਪੂ ਜੀ ਕਹਿੰਦੇ ਨੇ ਵਿਆਹ 'ਚ ਮਸਤ ਹੋਣ ਕਰਕੇ ਪਹਿਲੇ ਦਿਨ ਮਿਲ ਨਹੀਂ ਸਕਿਆ। ਅਤੇ ਡੈਡੀ ਨੇ ਇਹਨਾਂ ਨੂੰ ਫੋਨ ਕਰਕੇ ਪੁੱਛਿਆ ਵੀ ਕਿਵੇਂ ਹੋ ਗਈ ਸੀ ਮੁਲਾਕਾਤ ਮਿਲਣੇ, ਅਤੇ ਉਹ ਕਹਿੰਦੇ ਨਹੀਂ ਵੀ ਚੱਲ ਬਾਪੂ ਜੀ ਕਹਿੰਦੇ ਵੀ ਕੋਈ ਗੱਲ ਨਹੀਂ ਕੰਮ ਹੋਊਗਾ ਵਿਆਹ ਦੇ ਵਿੱਚ। ਅਤੇ ਮੈਨੂੰ ਡੈਡੀ ਨੇ ਭਾਈ ਗਾਲਾਂ ਕੱਢੀਆਂ, ਕਹਿੰਦਾ ਯਾਰ ਮੇਰੇ ਮਿੱਤਰ ਨੇ ਤੂੰ ਮਿਲ ਨਹੀਂ ਗਿਆ। ਮੈਂ ਜੀ ਦੂਜੇ ਦਿਨ ਸਵੇਰੇ ਹੀ ਮਹਾਂ ਜਾ ਕੇ ਚਲੋ ਮਿਲ ਕੇ ਆਉਂਦੇ ਹਾਂ, ਅਤੇ ਬਾਪੂ ਜੀ ਨੂੰ ਬਾਪੂ ਮੇਵਾ ਸਿੰਘ ਪਾਲੀਆ ਅਤੇ ਸ਼ਮਲਾ ਸਾਹਿਬ ਉੱਥੇ ਸੀਗੇ ਭਾਦਸੋਂ, ਅਤੇ ਉੱਥੇ ਜਾ ਕੇ ਜੀ ਮੈਂ ਜੇ ਸੱਚ ਪੁੱਛੋ ਜਦੋਂ ਮੈਂ ਦੇਖਿਆ ਮੈਨੂੰ ਐਂ ਨਹੀਂ ਸੀਗਾ ਵੀ ਚਲੋ ਉਹ ਤਾਂ ਕੁਦਰਤ ਨੇ ਕੀ ਕਰਨਾ ਬਾਅਦ ਦੇ ਵਿੱਚ ਜੋ ਹੋਇਆ ਤੁਹਾਨੂੰ ਪਤਾ, ਪਰ ਮੈਨੂੰ ਦੇਖ ਕੇ ਐਂ ਜੇ ਲੱਗਿਆ ਮਹਾਂ ਯਾਰ ਵੀ ਹੁਣ ਕਿੱਥੇ ਤਾਂ ਬਾਪੂ ਜੀ ਉਰੀ ਵੀ ਕਿਤੇ ਮੈਂ ਇਹ, ਮੈਨੂੰ ਕਹਿੰਦੇ ਵੀ ਅਸੀਂ ਯਾਰ ਐਂ ਅਸੀਂ ਵੀ ਇੱਕ ਵਿਆਹ ਵਿਆਹ ਹੈ ਬੰਦਾ, ਅਤੇ ਮੈਨੂੰ ਐਂ ਲੱਗਿਆ ਮਹਾਂ ਯਾਰ ਵੀ ਬਾਪੂ ਹੁਣ ਹੀ ਹੁਣ ਦੱਸ ਯਾਰ ਵੀ ਸੋਸ਼ਲ ਮੀਡੀਆ 'ਤੇ ਪਾ ਕੇ ਵੀਡੀਓ ਮੈਨੂੰ ਪਹਿਲਾਂ ਜਿਹੜਾ ਮਹਾਂ ਵੀ ਇਹ ਵੀ ਹੁਣ ਮਸ਼ਹੂਰ ਹੋਣ ਨੂੰ ਫਿਰਦੇ ਨੇ, ਹੈ ਨਾ। ਅਤੇ ਪਰ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਨੇ ਮੈਨੂੰ ਵੀ ਨਾਲ ਮਸ਼ਹੂਰ ਕਰਨਾ। ਅਤੇ ਪਹਿਲੀ ਕਾਪੀਆਂ ਜਦੋਂ ਸ਼ਮਲਾ ਸਾਹਿਬ ਨੇ ਦਿਖਾਈਆਂ ਅਤੇ ਉਹਦੇ ਵਿੱਚ ਨਾ ਇਹਨਾਂ ਨੇ ਸੁੱਚਾ ਸਿੰਘ ਸੂਰਮਾ ਲਿਖਿਆ ਜੀ ਸ਼ਮਲਾ ਸਾਹਿਬ ਦਾ, ਅਤੇ ਉਹ ਸੁੱਚਾ ਸਿੰਘ ਸੂਰਮੇ ਦੇ ਜਿਹੜੇ ਬੋਲ ਸੀਗੇ ਸੱਚੀ ਮਿੱਚੀ ਮੈਨੂੰ ਜਿਵੇਂ ਮੇਰੇ ਪੜ੍ਹ ਕੇ ਜਦੋਂ ਲੂੰ ਕੰਡੇ 'ਚ ਖੜ੍ਹੇ ਹੋਏ ਬਾਪੂ ਜੀ ਨੂੰ ਕਿਹਾ ਮੈਂ ਬਾਪੂ ਜੀ ਵੀ ਆਹ ਜੇ ਗਾਉਂਗੇ ਤਾਂ ਕਿਵੇਂ ਗਾਈਏ, ਇਹਨਾਂ ਨੇ ਉਹ ਮੈਨੂੰ ਗਾ ਕੇ ਸੁਣਾਇਆ। ਅਤੇ ਉਹ ਪਹਿਲੇ ਦਿਨ ਬਾਪੂ ਜੀ ਪਰਨੇ ਦੇ ਵਿੱਚ ਸੀਗੇ, ਹੈ ਨਾ ਜੀ, ਉਹਦੇ ਅਤੇ ਪਰਨਾ ਜਿਹਾ ਬੰਨਿਆ ਹੋਇਆ ਸੀਗਾ ਜੀ, ਬਸ ਅਸੀਂ ਅਸੀਂ ਇੱਕ ਵੀਡੀਓ ਬਣਾ ਕੇ ਛੋਟਾ ਜਿਹਾ ਕਲਿੱਪ ਪਾਤਾ ਅਤੇ ਉਹਨੂੰ ਲੋਕਾਂ ਨੇ ਬਸ ਫੋਨ ਆਉਣ ਲੱਗ ਗਏ ਜੀ, ਫਿਰ ਅੱਜ ਕੁਛ ਕੱਲ੍ਹ ਕੁਛ ਐਂ ਚੱਲਦਾ ਗਿਆ, ਹੁਣ ਤੱਕ ਚੱਲੀ ਜਾਂਦਾ ਜੀ। ਅੱਛਾ ਬਾਪੂ ਜੀ, ਜਿਹੜੇ ਗੀਤ ਦੀ ਤੁਸੀਂ ਗੱਲ ਕੀਤੀ ਉਹਦੀਆਂ 17 ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰੋ। ਸੁੱਚਾ ਸਿੰਘ ਸੂਰਮਾ ਜੀ, ਠੀਕ ਖਿੱਚ ਕੇ ਲਿਆਈ ਹੋਣੀ ਵਿੱਚ ਸੱਤ, ਹੋ ਖਿੱਚ ਕੇ ਲਿਆਈ ਹੋਣੀ ਵਿੱਚ ਸੱਤ ਦੇ ਭਾਗੀਆ ਤੇ ਮੱਲ ਨੂੰ, ਹੋ ਬੜਾ ਸਮਝਾਏ ਪਰ ਕਾਨੂੰ ਹਟ ਦੇ ਉਹ ਵਧਾਉਣੋ ਗੱਲ ਨੂੰ, ਹੋ ਸੱਤ ਦੇ ਵਿਚਾਲੇ ਤਾਹੀ ਲਾਸ਼ਾਂ ਰੋਲੀਆਂ ਰੋਗ ਦਿੱਤੇ ਕੱਟ ਨੇ, ਧੁਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ, ਧੁਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ, ਰੱਬ ਕਹੋ ਬੁੱਕਲੇ ਚੋਂ ਕੱਢ ਲਈ ਰਫਲ ਸ਼ੇਰ ਨੇ ਸਿੱਟ ਖੇਸ ਨੂੰ ਪਰੇ, ਹੋ ਬੁੱਕਲ ਚੋਂ ਕੱਢ ਲਈ ਰਫਲ ਸ਼ੇਰ ਨੇ ਸਿੱਟ ਖੇਸ ਨੂੰ ਪਰੇ, ਦਾੜ ਦਾੜ ਕਰ ਦਿੱਤੇ ਫੈਰ ਫੇਰ ਨੇ ਰੋਂਦ ਨਿਕਲੇ ਪਰੇ, ਹੋ ਸ਼ਾਦੀ ਦੀਆਂ ਨਾੜਾਂ ਨਾਥੇ ਆਉਣ ਟੋਲੀਆਂ ਐਸੇ ਖੋਲੇ ਫੱਟ ਨੇ, ਧੁਨ ਤੇ ਗਦਾਰ ਮਾਰ ਮਾਰ ਗੋਲੀਆਂ ਅੱਕੇ ਹੋਏ ਜੱਟ ਨੇ, ਧੁਨ ਤੇ ਗਦਾਰ ਮਾਰ ਮਾਰ ਗੋਲੀਆਂ ਦੁਖੀ ਹੋਏ ਜੱਟ ਨੇ।
ਅਜਿਹਾ ਗਾਉਂਦੇ ਹੋ ਕਿ ਪਰਿਵਾਰ ਸੁਣਦੇ ਨੇ ਬਹਿ ਕੇ, ਅਤੇ ਪਰਿਵਾਰ ਨੂੰ ਜੋ ਸਿੱਖਣ ਨੂੰ ਮਿਲਦਾ ਉਹ ਤਾਂ ਤੁਹਾਨੂੰ ਕਮੈਂਟਸ ਦੇ ਵਿੱਚ ਅਕਸਰ ਪਤਾ ਲੱਗ ਜਾਂਦਾ ਹੋਣਾ। ਅਤੇ ਕੁਲਦੀਪ ਜੀ ਇੱਕ ਗੱਲ ਹੋਰ ਦੱਸੋ, ਸਾਨੂੰ ਪਤਾ ਲੱਗੀ ਹੈ ਕਿ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਬਤੌਰ ਸੇਵਾਵਾਂ ਨਿਭਾ ਰਹੇ ਹੋ, ਉਹਦੇ ਬਾਰੇ ਦਰਸ਼ਕਾਂ ਨੂੰ ਜ਼ਰੂਰ ਝਾਕ ਪਾਓ। ਹਾਂਜੀ, ਮੈਂ ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਅਤੇ ਮੈਂ ਮੇਰੇ ਮਹਿਕਮੇ ਦਾ ਜਾਣੀ ਪੰਜਾਬ ਪੁਲਿਸ ਦਾ, ਕਿਉਂਕਿ ਮਹਿਕਮਾ ਮੁਲਾਜ਼ਮ ਦੀ ਮਾਂ ਹੁੰਦੀ ਹੈ, ਅਤੇ ਮਹਿਕਮੇ ਦਾ ਸਾਡੇ ਅਫਸਰ ਸਾਹਿਬਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਜਿੱਥੇ ਮੇਰੀ ਹੁਣ ਡਿਊਟੀ ਲੱਗੀ ਹੋਈ ਹੈ ਉਹ ਵੀ, ਚਲੋ ਮੈਂ ਕੈਮਰੇ ਅੱਗੇ ਤਾਂ ਨਾ ਕਹਾਂ, ਅਤੇ ਪਰ ਮੈਨੂੰ ਮਾਤਾ ਪਿਤਾ ਵਾਂਗੂ ਜਿਵੇਂ ਹੁੰਦੇ ਆ, ਹੈ ਨਾ, ਮੈਨੂੰ ਐਂ ਲੱਗਦਾ ਵੀ ਜਿਵੇਂ ਆਪਦੇ ਘਰ ਲੱਗਿਆ ਹੋਇਆ ਨਾ, ਉਹ ਮੈਨੂੰ ਟਾਈਮ ਵੀ ਦਿੰਦੇ ਆ। ਮੈਂ ਜਦੋਂ ਜਾਣੀ ਕਿਤੇ ਕੋਈ ਇੱਦਾਂ ਹੁੰਦਾ, ਕੋਈ ਫੰਕਸ਼ਨ ਹੁੰਦਾ ਜਾਂ ਪ੍ਰੋਗਰਾਮ ਹੈ, ਕੋਈ ਸਮਾਜਿਕ ਪ੍ਰੋਗਰਾਮ ਹੈ, ਉੱਥੇ ਮੈਂ ਜਾਂਦਾ ਅਤੇ ਮੈਨੂੰ ਬਕਾਇਦਾ ਟਾਈਮ ਵੀ ਮਿਲ ਜਾਂਦਾ। ਮੈਂ ਇਸ ਕਰਕੇ ਧੰਨਵਾਦ ਕਰਦਾ। ਅਤੇ ਬਾਪੂ ਜੀ, ਪਰਿਵਾਰ ਦੇ ਵਿੱਚ ਕੌਣ ਕੌਣ ਹੈ, ਸੰਗੀਤ ਨਾਲ ਪਰਿਵਾਰ ਦਾ ਸੁਭਾਅ ਕਿੱਦਾਂ ਜੁੜਿਆ? ਨਹੀਂ ਬੇਟਾ, ਪਰਿਵਾਰ ਦਾ ਤਾਂ ਕੋਈ ਬਹੁਤਾ ਨਹੀਂ ਸੀ, ਥੋੜ੍ਹਾ ਜਿਹਾ ਮੇਰੇ ਬਾਪੂ ਜੀ ਚਿੱਠਾ ਚੁੱਠਾ ਪੜ੍ਹ ਲੈਂਦੇ ਸੀ ਅੱਗੇ, ਤੁਹਾਨੂੰ ਪਤਾ ਹੈ, ਚਲ ਤੁਹਾਨੂੰ ਤਾਂ ਨਹੀਂ ਪਤਾ, ਅਤੇ ਅੱਗੇ ਮਨੋਰੰਜਨ ਦੇ ਕੋਈ ਸਾਧਨ ਨਹੀਂ ਸੀ ਹੁੰਦੇ। ਅੱਗੇ ਕਿ ਚਿੱਠੇ ਆਉਂਦੇ ਹੁੰਦੇ ਕਿਸੇ ਕਵੀਸ਼ਰ ਦਾ, ਕੋਈ 5-7 ਕਵਿਤਾ ਉਹ 'ਚ ਛਪੀ ਹੋਣ, ਜਿਵੇਂ ਕੋਈ ਰੂਪ ਬਸੰਤ ਹੋਇਆ ਜਾਂ ਕੋਈ ਜਿਉਣਾ ਮੋੜ ਹੋਇਆ, ਉਹਨੂੰ ਫਿਰ ਸ਼ਾਮਾਂ ਨੂੰ ਜਦੋਂ ਮੁੰਡੇ ਵਿਹਲੇ ਹੁੰਦੇ ਨਾ ਕਿਸੇ ਦੇ ਘਰ ਬਹਿ ਕੇ, ਬਾਹਰਲੇ ਘਰ ਹੁੰਦੇ ਜਿਵੇਂ, ਉੱਥੇ ਪੜ੍ਹ ਪੁੜ ਲੈਂਦੇ ਅਤੇ ਕੋਈ 5-7 ਬੰਦੇ ਮੁੰਡੇ ਸੁਣਦੇ ਹੁੰਦੇ, ਉਦੋਂ ਮੇਰਾ ਬਾਪੂ ਥੋੜ੍ਹਾ ਮੋਟਾ ਚਿੱਠਾ ਜਿਹਾ ਪੜ੍ਹ ਲੈਂਦਾ ਸੀ, ਉਹਨਾਂ ਕੇ ਸੰਬੰਧ ਹੈ, ਹੋਰ ਜ਼ਿਆਦਾ ਨਹੀਂ ਸੀ। ਅਤੇ ਇੱਧਰ ਤਾਂ ਬਸ ਕੁਦਰਤੀ ਉਹ ਆਉਣ ਦਾ ਬਣ ਗਿਆ, ਪਤਾ ਹੀ ਨਹੀਂ ਲੱਗਿਆ ਕਦ ਆ ਗਿਆ ਅਸਲ ਵਿੱਚ ਤਾਂ। ਅਤੇ ਕੁਲਦੀਪ ਜੀ, ਇੱਕ ਗੱਲ ਹੋਰ ਕਿ ਕੁਛ ਵੀਡੀਓਜ਼ ਇੱਦਾਂ ਦੀਆਂ ਨੇ ਜਿਹ 'ਚ ਤੁਹਾਡੇ ਆਪਣੇ ਪਿਤਾ ਜੀ ਵੀਡੀਓਜ਼ 'ਚ ਦਿਖਦੇ ਨੇ, ਅਤੇ ਕਿੱਦਾਂ ਲੱਗਦਾ ਜਦੋਂ ਪਿਓ ਪੁੱਤ ਘਰ 'ਚ ਬੈਠ ਕੇ ਇਕੱਠੇ ਗਾਉਂਦੇ ਨੇ, ਕਿਵੇਂ ਦਾ ਮਾਹੌਲ ਹੁੰਦਾ ਘਰ ਦਾ? ਦੇਖੋ ਜੀ, ਵੈਸੇ ਤਾਂ ਨਾ ਕਵੀਸ਼ਰੀ ਜੇ ਮੈਂ ਕਹਾਂ ਵੀ, ਮੇਰੇ ਕਵੀਸ਼ਰੀ ਦੇ ਵਿੱਚ ਉਸਤਾਦ ਗਿਆਨੀ ਗੁਰਨਾਮ ਸਿੰਘ ਬਰਾੜ ਸੀਗੇ ਬਸ ਯਰਕ ਵਾਲੇ, ਅਤੇ ਪਰ ਉਹਨਾਂ ਨੇ ਵੀ ਜਦੋਂ ਮੈਂ ਉਹਨਾਂ ਨੂੰ ਉਸਤਾਦ ਧਾਰਿਆ, ਇਹ ਕਿਹਾ ਸੀਗਾ ਮੇਰੇ ਡੈਡੀ ਨੂੰ, ਇਹ ਮੇਰੇ ਫਾਦਰ ਸਾਹਿਬ ਨੂੰ ਕਿਹਾ ਸੀ ਵੀ ਯਾਰ, ਕਹਿੰਦਾ ਵੀ ਇਹਨੂੰ ਮੈਂ ਚਲੋ ਚੇਲਾ ਤਾਂ ਬਣਾ ਲੈਂਦਾ ਤੇਰੇ ਕਿਸੇ ਤੋਂ, ਪਰ ਸਿਖਾਉਣਾ ਇਹਨੂੰ ਤੂੰ ਹੀ ਹੈ। ਸਿੱਖਦੇ ਅੱਜ ਵੀ ਰਹਿੰਦੇ ਹਾਂ, ਚਲੋ ਜਿੱਥੋਂ ਵੀ ਕਿਤੋਂ ਸਿੱਖਣ ਨੂੰ ਮਿਲਦਾ, ਬਟ ਜੇ ਗੱਲ ਕਵੀਸ਼ਰੀ ਦੀ ਕਰੀਏ ਤਾਂ ਮੇਰੇ ਪਿਤਾ ਜੀ ਨੇ, ਮੇਰੇ ਫਾਦਰ ਸਾਹਿਬ ਨੇ ਮੈਨੂੰ ਜੋ ਵੀ ਜਾਣੀ ਜਿੰਨਾ ਕੁ ਮੈਨੂੰ ਆਉਂਦਾ ਮਾੜਾ ਮੋਟਾ, ਉੱਥੇ ਉਹਨਾਂ ਨੇ ਮੈਨੂੰ ਬਹੁਤ ਮੇਰੀ ਮਦਦ ਕੀਤੀ ਹੈ, ਮੈਨੂੰ ਸਿਖਾਇਆ। ਅਤੇ ਫਿਰ ਨਾਲੇ ਤਾਂ ਘਰ ਗਾਈ ਜਾਂਦੇ ਹਾਂ ਜੀ, ਅਤੇ ਨਾਲੇ ਥੋੜ੍ਹਾ ਥੋੜ੍ਹਾ ਸਿੱਖੀ ਜਾਂਦੇ ਹਾਂ, ਮਾਹੌਲ ਤਾਂ ਵਧੀ ਹੀ ਆ, ਤੁਹਾਨੂੰ ਪਤਾ। ਮੈਂ ਤਾਂ ਜੇ ਕਈ ਵਾਰੀ ਐਂ 2-4 ਦਿਨ ਘਰ ਨਾ ਜਾਂ, ਆਂਢੀ ਗੁਆਂਢੀ ਨੂੰ ਪਤਾ ਲੱਗ ਜਾਂਦਾ ਵੀ ਘਰ ਆਇਆ ਨਹੀਂ ਹੋਇਆ, ਨਹੀਂ ਫਿਰ ਮੈਂ ਗਾਉਂਦੇ ਫਿਰੀ ਜਾਂਦਾ ਘਰ ਵੀ। ਅੱਛਾ ਬਾਪੂ ਜੀ, ਤੁਸੀਂ ਇਹ ਦੱਸੋ ਕਿ ਪੱਟ ਦੀ ਮੋਰਨੀ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ, ਅਤੇ ਕਿੱਦਾਂ ਦਾ ਰਿਸਪੋਂਸ ਲੱਗਿਆ ਸੋਸ਼ਲ ਮੀਡੀਆ 'ਤੇ ਜਦੋਂ ਇੰਨੀਆਂ ਜ਼ਿਆਦਾ ਦੁਆਵਾਂ ਆਈਆਂ? ਬਹੁਤ ਜ਼ਿਆਦਾ ਚੰਗਾ ਲੱਗਿਆ ਬੇਟਾ, ਬਹੁਤ ਜ਼ਿਆਦਾ ਚੰਗਾ ਲੱਗਿਆ, ਕਿ ਉਹ ਗੱਲ ਇਹ ਆ ਵੀ ਇੱਕ ਤਾਂ ਉਮਰ, ਇੱਕ ਬਾਪੂ ਬਾਪੂ ਹੋਈ ਜਾਵੇ, ਬੱਚੇ ਕਹੇ ਬਾਪੂ, ਬਹੁਤ ਵਧੀਆ, ਬਹੁਤ ਚੰਗਾ ਲੱਗਿਆ ਨਾ, ਹੋਰ ਚਾਹੀਦਾ ਕੀ ਹੈ ਜੇ ਬੰਦੇ ਨੂੰ ਇਸੇ ਚੀਜ਼ ਦਾ ਭੁੱਖਾ ਹੁੰਦਾ, ਬਸ ਉਹ ਮਿਲਦੇ ਆ। ਬਾਪੂ ਦਾ ਉਹ ਨਹੀਂ ਫੁੱਲਿਆ ਸਮਾਉਂਦਾ ਜਿਹਨੂੰ ਆਪਦੇ ਜਵਾਕ ਬਾਪੂ ਕਹਿੰਦੇ, ਹੁਣ ਬਾਪੂ ਨੂੰ ਸਾਰੇ ਪੰਜਾਬ ਦੇ ਜਵਾਕ ਬਾਪੂ ਬਾਪੂ ਕਰਦੇ ਨੇ, ਸਾਰੇ ਬਾਹਰੋਂ ਤੱਕ। ਹਾਂ ਯਾਰ, ਬਿਲਕੁਲ ਠੀਕ ਹੈ। ਅਤੇ ਪੱਟ ਦੀ ਮੋਰਨੀ ਦੇ ਬੋਲ ਤਾਂ ਜ਼ਰੂਰ ਸਾਂਝੇ ਕਰੋ। ਹਾਂ ਕਰ ਦਿੰਦੇ ਹਾਂ। ਚਲੋ, ਹੋ ਛੇੜ ਬਾਪੂ ਗੱਲ ਕੋਈ ਜਵਾਨੀ ਪਹਿਰੇ ਦੀ, ਛੇੜ ਬਾਪੂ ਗੱਲ ਕੋਈ ਜਵਾਨੀ ਪਹਿਰੇ ਦੀ, ਹੋ ਕਿੱਦਾਂ ਦੀ ਸੀ ਆਸ਼ਕੀ ਜਮਾਨੇ ਤੇਰੇ ਦੀ, ਉਸ ਵੇਲੇ ਤੂੰ ਵੀ ਜਿਹਨੂੰ ਕੀਤਾ ਸੀ ਪਿਆਰ, ਉਸ ਵੇਲੇ ਤੂੰ ਵੀ ਜਿਹਨੂੰ ਕੀਤਾ ਸੀ ਪਿਆਰ, ਹੋ ਦੱਸ ਕਿਹੜੇ ਪਿੰਡ ਦੀ ਸੀ ਮਾਹੀ ਬਾਬਾ ਜੀ, ਹੁਣ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ, ਤਾਂ ਹੀ ਪੱਟ ਉੱਤੇ ਮੋਰਨੀ ਪਵਾਈ ਬਾਬਾ ਜੀ, ਹੁਣ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ, ਤਾਂ ਹੀ ਪੱਟ ਉੱਤੇ ਮੋਰਨੀ ਪਵਾਈ ਬਾਬਾ ਜੀ। ਉਹ ਚੜ੍ਹਦੀ ਜਵਾਨੀ ਵਿੱਚ ਗੱਲ ਕੁਝ ਹੋਰ ਸੀ, ਦਾਦੇ ਤੇਰੇ ਵਿੱਚ ਵੀ ਜਹਾਜ਼ ਜਿੰਨਾ ਜ਼ੋਰ ਸੀ, ਚੜ੍ਹਦੀ ਜਵਾਨੀ ਵਿੱਚ ਗੱਲ ਕੁਝ ਹੋਰ ਸੀ, ਦਾਦੇ ਤੇਰੇ ਵਿੱਚ ਵੀ ਜਹਾਜ਼ ਜਿੰਨਾ ਜ਼ੋਰ ਸੀ, ਜਿਹਨੂੰ ਪਿਆਰ ਕੀਤਾ ਤੇਰੇ ਪਿਓ ਦੇ ਨਾਨਕਿਆਂ ਦੀ ਕੁੜੀ, ਜਿਹਨੂੰ ਪਿਆਰ ਕੀਤਾ ਤੇਰੇ ਪਿਓ ਦੇ ਨਾਨਕਿਆਂ ਦੀ ਕੁੜੀ, ਬਾਜੇ ਗਾਜੇ ਨਾਲ ਸੀ ਵਿਆਹੀ ਪੁੱਤਰਾ, ਗੱਲ ਤੇਰੀ ਸੱਚ ਸੱਚੀ ਮੈਮਨੀ ਸੀ ਘੱਟ, ਤਾਂ ਹੀ ਉਹ ਪਾਟੀ ਉੱਤੇ ਮੋਰਨੀ ਪਵਾਈ ਪੁੱਤਰਾ, ਗੱਲ ਤੇਰੀ ਸੱਚ ਸੱਚੀ ਮੈਮਨੀ ਸੀ ਘੱਟ, ਤਾਂ ਹੀ ਉਹ ਪਾਟੀ ਉੱਤੇ ਮੋਰਨੀ ਪਵਾਈ ਪੁੱਤਰਾ। ਸੁਣਿਆ ਤੂੰ ਚਾਦਰਾ ਪਾਉਂਦਾ ਸੀ ਚਿੱਟੇ ਰੰਗ ਦਾ, ਨਾਲੇ ਮੁੱਛਾਂ ਕੁੰਡੀਆਂ ਤੇ ਨਿੰਬੂ ਰਿਹਾ ਟੰਗਦਾ, ਸੁਣਿਆ ਤੂੰ ਚਾਦਰਾ ਪਾਉਂਦਾ ਸੀ ਚਿੱਟੇ ਰੰਗ ਦਾ, ਨਾਲੇ ਮੁੱਛਾਂ ਕੁੰਡੀਆਂ ਤੇ ਨਿੰਬੂ ਰਿਹਾ ਟੰਗਦਾ, ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ, ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ, ਉਹ ਸਾਰਿਆਂ ਤੇ ਤੇਰੀ ਸੀ ਚੜ੍ਹਾਈ ਬਾਬਾ ਜੀ,
ਹੋਣਾ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ ਤਾਂ ਹੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਘੱਟ ਤਾਂ ਹੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਉਹ ਤੇਰੇ ਜਿਹੇ ਸ਼ੋਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ ਕੌਡੀ ਵਿੱਚ ਸਾਰਿਆਂ ਦੀ ਬੂਥ ਗੱਡ ਦਿੰਦਾ ਸੀ ਤੇਰੇ ਜਿਹੇ ਸ਼ੋਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ ਕੌਡੀ ਵਿੱਚ ਸਾਰਿਆਂ ਦੀ ਬੂਥ ਗੱਡ ਦਿੰਦਾ ਸੀ ਦੇਖ ਲੈ ਮੈਂ ਹੋ ਗਿਆ ਹਾਂ ਸੱਤਰਾਂ ਦੇ ਨੇੜੇ ਹਾਲੇ ਖੰਘ ਦੀ ਵੀ ਲਈ ਨੀ ਦਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ ਤਾਂ ਉਹ ਪਾਟੀ ਉੱਤੇ ਮੋਹਰ ਨਹੀਂ ਪਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ ਤਾਂ ਉਹ ਪਾਟੀ ਉੱਤੇ ਮੋਹਰ ਨਹੀਂ ਪਵਾਈ ਪੁੱਤਰਾ ਸਾਨੂੰ ਕਹਿਣਾ ਕੰਮ ਕਾਰ ਕਰਿਆ ਕਰੋ ਮੁੰਡਿਓ ਟੋਰਾਂ ਲਾ ਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਸਾਨੂੰ ਕਹਿਣਾ ਕੰਮ ਕਾਰ ਕਰਿਆ ਕਰੋ ਮੁੰਡਿਓ ਟੋਰਾਂ ਲਾ ਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਆਪ ਤੈਂ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਆਪ ਤੈਂ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਤੇ ਸਾਡੀ ਨਿੱਤ ਕਰਦਾ ਟਕਾਈ ਬਾਬਾ ਜੀ ਹੋਣਾ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ ਤਾਂ ਹੀ ਪੱਟ ਉੱਤੇ ਮੋਹਰ ਨਹੀਂ ਪਵਾਈ ਬਾਪੂ ਜੀ ਜਿਵੇਂ ਤੈਨੂੰ ਮੈਂ ਮੈਨੂੰ ਦਾਦਾ ਸਮਝਾਉਂਦਾ ਸੀ ਤੇਰੇ ਵਾਂਗੂ ਮੈਂ ਵੀ ਗੱਲ ਉੱਤੋਂ ਦੀ ਲੰਘਾਉਂਦਾ ਸੀ ਸੁਣ ਸ਼ੇਰੋਂ ਵਾਲੇ ਮੱਟ ਗੱਲ ਸੋਲਾਂ ਆਨੇ ਸੱਚ ਸੁਣ ਸ਼ੇਰੋਂ ਵਾਲੇ ਮੱਟ ਗੱਲ ਸੋਲਾਂ ਆਨੇ ਸੱਚ ਦਾੜੀ ਧੁੱਪ ਵਿੱਚ ਚਿੱਟੀ ਨੀ ਕਰਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵੀ ਨਹੀਂ ਸੀ ਘੱਟ ਤਾਂ ਹੀ ਉਹ ਪਾਟੀ ਉੱਤੇ ਮੋਹਰ ਨੀ ਪਵਾਈ ਪੁੱਤਰਾ ਬਹੁਤ ਹੀ ਕਮਾਲ ਮਤਲਬ ਇਸ ਗੀਤ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਜਿਹੜਾ ਜਨਰੇਸ਼ਨ ਗੈਪ ਇਸ ਗੀਤ 'ਚ ਝਲਕ ਰਿਹਾ ਬਾਪੂ ਜੀ ਨੇ ਆਪਣੇ ਟਾਈਮ ਦੀ ਆਸ਼ਕੀ ਦਾ ਜ਼ਿਕਰ ਕੀਤਾ ਅਤੇ ਐਕਚੁਅਲੀ ਰੀਅਲ ਲਾਈਫ ਦੇ ਵਿੱਚ ਉਹ ਜਿਹੜਾ ਜਨਰੇਸ਼ਨ ਗੈਪ ਉਹ ਕਿੱਦਾਂ ਮੇਨਟੇਨ ਕਰਦਾ ਕਿਉਂਕਿ ਸੋਸ਼ਲ ਮੀਡੀਆ 'ਤੇ ਸਾਡੇ ਨੌਜਵਾਨਾਂ ਦੀ ਸੋਚ ਕੁਛ ਹੋਰ ਹੁੰਦੀ ਹੈ ਸਾਡੇ ਘਰਦਿਆਂ ਦੀ ਸੋਚ ਕੁਛ ਹੋਰ ਹੁੰਦੀ ਹੈ ਤਾਂ ਉਹ ਜਨਰੇਸ਼ਨ ਗੈਪ ਕਿਵੇਂ ਗੈਪ ਹੋਇਆ ਮਤਲਬ ਕਿੱਦਾਂ ਮੇਨਟੇਨ ਹੋਇਆ ਹੋਇਆ ਦੇਖੋ ਪਤਾ ਕੀ ਹੈ ਜੀ ਜ਼ਿੰਦਗੀ ਦੇ ਪੜਾਅ ਨੇ ਹਰੇਕ ਤਰ੍ਹਾਂ ਜਿਵੇਂ ਮੰਨ ਲਓ ਜਿੱਥੇ ਅਸੀਂ ਅੱਜ ਹੈਗੇ ਹਾਂ ਹੁਣ ਮੈਂ ਹਾਂ ਜਾਂ ਬੱਚੇ ਨੇ ਬਾਪੂ ਜੀ ਹੋਣੀ ਉਹ ਇਹਨਾਂ ਨੇ ਹੰਢਾਇਆ ਸਮਾਂ ਜਾਣੀ ਇਹਨਾਂ ਨੇ ਆਪਦੇ ਹੱਡਾਂ 'ਤੇ ਹੰਢਾਈਆਂ ਹੋਈਆਂ ਨੇ ਸਾਰੀਆਂ ਚੀਜ਼ਾਂ ਇਹ ਉੱਥੋਂ ਦੀ ਲੰਘੇ ਹੋਏ ਨੇ ਇਹਨਾਂ ਦਾ ਤਜਰਬਾ ਹੈ ਅਤੇ ਮੈਂ ਇਹ ਮੈਨੂੰ ਇਹ ਲੱਗਦਾ ਸਾਡੇ ਗਾਉਣ ਦੇ ਵਿੱਚ ਵੀ ਲਾ ਲਓ ਲੋਕਾਂ ਨੂੰ ਵਧੀਆ ਵੀ ਤਾਂ ਲੱਗਦਾ ਹੈ ਨਾ ਜੀ ਵੀ ਜਿਵੇਂ ਆਪਾਂ ਕਹਿ ਲਈਏ ਵੀ ਜਵਾਨੀ ਦਾ ਜਿਵੇਂ ਕਹਿੰਦੇ ਜੋਸ਼ ਅਤੇ ਬੁਢਾਪੇ ਦਾ ਹੋਸ਼ ਬਾਪੂ ਜੀ ਉਹਨਾਂ ਦਾ ਤਜਰਬਾ ਹੈ ਜੀ ਅਤੇ ਬਾਕੀ ਜਿਵੇਂ ਆਪਾਂ ਕਹਿੰਦੇ ਵੀ ਬੱਚਿਆਂ ਦੇ ਨਾਲ ਖੁੱਲ੍ਹ ਕੇ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਨੇ ਉਹ ਸਾਰੇ ਮੈਨੂੰ ਲੱਗਦਾ ਵੀ ਐਂ ਰਲ ਮਿਲ ਕੇ ਜੇ ਰਹਿਣਾ ਚਾਹੀਦਾ ਅਤੇ ਸਾਡੇ ਗੀਤ ਵੀ ਲੋਕਾਂ ਨੂੰ ਤਾਂ ਹੀ ਵੱਧ ਪਸੰਦ ਹੁੰਦੇ ਨੇ ਬੇਟਾ ਗੱਲ ਹੈ ਨਾ ਜਿਹੜੀ ਮੋਰਨੀ ਦੀ ਆਪਾਂ ਗੱਲ ਕਰਦੇ ਹਾਂ ਨਾ ਇਹ ਸਾਡਾ ਬਹੁਤ ਪੁਰਾਣਾ ਅਸਲ ਨੂੰ ਮੈਂ ਸੱਭਿਆਚਾਰ ਕਹਿ ਸਕਦੇ ਹਾਂ ਮੋਰਨੀਆਂ ਹੁਣ ਵੀ ਪੈਂਦੀਆਂ ਨੇ ਪਰ ਹੁਣ ਮੋਰਨੀਆਂ ਨਹੀਂ ਪੈਂਦੀਆਂ ਹੁਣ ਟੈਟੂ ਕਹਿ ਦਿੰਦੇ ਆਪਾਂ ਹੈ ਨਾ ਟੈਟੂ ਹਾਂ ਪਰ ਹੁਣ ਦੇਖੋ ਗੱਲ ਹੈ ਟੈਟੂ ਪਵਾ ਲੈਂਦੇ ਡੌਲਿਆਂ 'ਤੇ ਨਾ ਤਾਂ ਉਹ ਡੌਲੇ ਨੇ ਨਾ ਮੋਰਨੀ ਪਵਾਉਣ ਵਾਸਤੇ ਉਹ ਪੱਟ ਹੈ ਨਾ ਅੱਗੇ ਜਦੋਂ ਅਸੀਂ ਛੋਟੇ ਹੁੰਦੇ ਨਾ ਸਾਨੂੰ ਚੰਗਾ ਘਿਓ ਦੁੱਧ ਦੇਣਾ ਸਾਡੀਆਂ ਮਾਤਾਵਾਂ ਨੇ ਬੁੜੀਆਂ ਨੇ ਤੁਸੀਂ ਖਾਸ ਕਰਕੇ ਮੈਂ ਤੁਹਾਨੂੰ ਸੱਚ ਕਹਿਣ ਲੱਗਿਆ ਅਤੇ ਸਾਡੀਆਂ ਬੁੜੀਆਂ ਹਫ਼ਤੇ ਗੱਲੋਂ ਦੱਸ ਦਿੰਦੀਆਂ ਸਾਡੇ ਪੱਟ ਮਿਣਦੀਆਂ ਹੁੰਦੀਆਂ ਵੀ ਮੇਰੇ ਬੱਚੇ ਦੇ ਕਿੰਨਾ ਕੁ ਤਕੜਾ ਹੋ ਗਿਆ ਹੁਣ ਮੈਨੂੰ ਐਂ ਲੱਗਦਾ ਕਿਸੇ ਬੱਚੇ ਨੇ ਆਪਣਾ ਪਜਾਮਾ ਲਾ ਕੇ ਆਪਣੇ ਆਪ ਵੀ ਪੱਟ ਨਹੀਂ ਦੇਖੇ ਹੁਣ ਵੀ ਮੈਂ ਕਿੰਨਾ ਕੁ ਤੱਕ ਕਹਿੰਦੇ ਨੇ ਗਿਆ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਅਤੇ ਕੁਲਦੀਪ ਜੀ ਬਾਪੂ ਜੀ ਮੱਟ ਸ਼ੇਰੋ ਵਾਲੇ ਨਾਲ ਕਿੱਦਾਂ ਸਵੱਬ ਬਣਿਆ ਕਿਵੇਂ ਉਹਨਾਂ ਕਿਉਂਕਿ ਅਕਸਰ ਉਹਨਾਂ ਦੇ ਨਾਲ ਤੁਸੀਂ ਦੇਖੇ ਜਾਂਦੇ ਹੋ ਉਹਨਾਂ ਦੇ ਗੀਤ ਗਾਉਂਦੇ ਹੋ ਪੱਟ ਦੀ ਮੋਰਨੀ ਉਹਨਾਂ ਦਾ ਲਿਖਿਆ ਹੋਇਆ ਕਿਵੇਂ ਉਹਨਾਂ ਨਾਲ ਸਵੱਬ ਬਣਿਆ ਮੱਟ ਸ਼ੇਰੋ ਵਾਲਾ ਨਾ ਸਾਡੇ ਪਿੰਡਾਂ ਦੀ ਹੈ ਜੀ ਸਾਡਾ ਜਾਣੀ ਮੈਨੂੰ ਲੱਗਦਾ ਵੀ 17 ਤੋਂ ਹੀ ਪਹਿਲਾਂ ਮੈਨੂੰ ਲੱਗਦਾ ਨਾ ਜੀ 14-15-16 ਤੋਂ ਲੈ ਕੇ ਲਾ ਲਓ ਤੁਸੀਂ 15-16 ਤੋਂ ਅਤੇ ਮੱਟ ਬਾਈ ਦਾ ਪਿੰਡ ਮੇਰੇ ਪਿੰਡ ਦੇ ਨੇੜੇ ਹੀ ਹੈ ਸੁਨਾਮ ਦਾ ਏਰੀਆ ਮੇਰਾ ਸੁਨਾਮ ਦਾ ਹੀ ਉਹਦਾ ਅਤੇ ਇੱਦੀ ਬਸ ਇੱਕ ਦੋ ਵਾਰੀ ਮਿਲੇ ਅਤੇ ਚਲੋ ਪਹਿਲਾਂ ਤਾਂ ਗੱਲਬਾਤ ਹੋਰ ਵੀ ਇਹਦੇ 'ਚ ਲੰਬੀ ਚੌੜੀ ਕਾਹਨੂੰ ਛੇੜਨੀ ਆ ਜਿਹੜੇ ਬੰਦੇ ਨੇ ਜਿਹੜੀ ਪਹਿਲੀ ਵਾਰੀ ਮੈਂ ਮਿਲਿਆ ਮੱਟ ਬਾਈ ਜਦੋਂ ਮੈਂ ਗਾਉਂਦਾ ਦੇਖਿਆ ਉਹ ਮੁੱਕਰ ਗਿਆ ਸੀ ਕਹਿੰਦਾ ਵੀ ਆਪਣੇ ਏਰੀਆ ਦਾ ਹੈ ਨਹੀਂ ਬੰਦਾ ਇਹ ਚਲੋ ਅਤੇ ਮੱਟ ਬਾਈ ਨੇ ਮੈਨੂੰ ਅਸੀਂ ਮੈਂ ਬਾਅਦ 'ਚ ਫੋਨ 'ਤੇ ਗੱਲਬਾਤ ਵੀ ਸਾਡੀ ਹੋ ਗਈ ਅਸੀਂ ਇੱਕ ਏਰੀਏ ਦੇ ਹਾਂ ਤਾਂ ਕਰਕੇ ਬਸ ਅਸੀਂ ਐਂ ਲੱਗਿਆ ਮੱਟ ਬਾਈ ਮੈਨੂੰ ਕਹਿੰਦੇ ਤੂੰ ਯਾਰ ਵਧੀਆ ਗਾਉਣਾ ਤੂੰ ਗਾਣੇ ਮੇਰੇ ਗਾਇਆ ਕਰ ਹਾਲੇ ਤੱਕ ਮੈਂ ਮਤਲਬ ਦੋ ਚਾਰ ਗਾਣੇ ਇੱਕ ਬਾਪੂ ਜੀ ਉਹ ਹਿੰਦ ਵਾਲਿਓ ਪਾਕ ਵਾਲਿਓ ਹਾੜੀ ਲੜਿਓ ਨਾ ਅਤੇ ਉਹ ਗਾਣਾ ਬਹੁਤ ਉਹ ਹੋਇਆ ਸੀਗਾ ਉਹਦੇ ਵੀ ਕਹਿ ਲਈਏ ਹੁਣ ਤੱਕ ਵੀ ਜਾਣੀ ਜਿਹੜੇ ਗਾਣੇ ਜਾਂ ਹੋਰ ਮੈਨੂੰ ਬਾਈ ਨੇ ਸੁਣਾ ਸੁਣਾ ਕੇ ਹੋਰ ਬਾਵੀ ਦੀ ਆਵਾਜ਼ 'ਚ ਗਾਣਾ ਆ ਰਿਹਾ ਹੁਣ ਬਾਈ ਦਾ ਇੱਕ ਉਹ ਵੀ ਅਸੀਂ ਇਕੱਠੇ ਸੀਗੇ ਮਲੇਸ਼ੀਆ ਜਦੋਂ ਬਾਈ ਨੇ ਲਿਖਿਆ ਉਹ ਐਂ ਭਰਾਵਾਂ ਵਾਲਾ ਪਿਆਰ ਹੈ ਹੁਣ ਜਾਣੀ
ਬਸ ਐ ਕੁਦਰਤੀ ਸਵਾਲ ਤੇ ਉਹ ਹਿੰਦ ਵਾਲਿਓ ਪਾਕ ਵਾਲਿਓ ਦੇ ਬੋਲ ਜ਼ਰੂਰ ਸਾਂਝੇ ਕਰੋ ਹਾਂ ਉਹ ਸੀਗਾ ਜੀ ਉਦੋਂ ਨਾ ਤਣਾਅਪੂਰਵਕ ਮਾਹੌਲ ਜਿਹਾ ਬਣਿਆ ਹੋਇਆ ਸੀਗਾ ਆਪਣੇ ਦੋਨਾਂ ਦੇਸ਼ਾਂ ਦਾ ਉਹਦੇ ਵਿੱਚ ਮੱਟਵਾਈ ਦਾ ਲਿਖਿਆ ਕਹਿੰਦਾ ਵੀ ਸੱਥਰ ਇੱਧਰ ਵਿਸ਼ੇ ਜਾਂ ਸੱਥਰ ਉੱਧਰ ਵਿਸ਼ੇ ਸੱਥਰ ਆਪਣੇ ਘਰ ਵਿੱਚ ਵਿਸ਼ਿਆ ਜਾਪਦਾ ਪੁੱਤ ਹਿੰਦ ਦਾ ਮਰੇ ਜਾਂ ਪਾਕ ਦਾ ਪਰ ਪੁੱਤ ਮਰਦਾ ਹੁੰਦਾ ਮਾਂ ਬਾਪ ਹੋ ਚੜ੍ਹਦੇ ਵਿੱਚ ਹਰ ਮੰਦਿਰ ਵਸਦਾ ਲੈਂਦੇ ਵਿੱਚ ਨਨਕਾਣਾ ਦੁਆ ਕਰੋ ਅਰਦਾਸ ਕਰੋ ਕੋਈ ਵਰਤ ਜਾਵੇ ਨਾ ਪਾਣਾ ਆਪਣੀ ਕੋਈ ਕੁਮਾਰ ਮਰੂਗਾ ਓਏ ਨਾਲੇ ਸਿੰਘ ਤੇ ਖਾਂ ਹਿੰਦ ਵਾਲਿਓ ਪਾਕ ਵਾਲਿਓ ਓਏ ਹਾੜੇ ਲੜਿਓ ਨਾ ਉਧਰ ਮੇਰੀ ਨਾਨੀ ਰੋਊ ਤੇ ਇੱਧਰ ਮੇਰੀ ਮਾਂ ਹਿੰਦ ਵਾਲਿਓ ਪਾਕ ਵਾਲਿਓ ਓਏ ਹਾੜੇ ਲੜਿਓ ਨਾ ਬਹੁਤ ਹੀ ਸੋਹਣਾ ਸੁਨੇਹਾ ਹੈ ਇਹਦੇ ਵਿੱਚ ਜਾਂਦਾ ਅਤੇ ਬਾਪੂ ਜੀ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਮਤਲਬ ਧੱਕ ਪਾਈ ਹੋਈ ਹੈ ਅਤੇ ਤੁਸੀਂ ਸੋਸ਼ਲ ਮੀਡੀਆ 'ਤੇ ਕਿੰਨੇ ਕੁ ਐਕਟਿਵ ਹੋ ਅਤੇ ਕਦੋਂ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਸ਼ਾਮਿਲ ਹੋਏ ਹੋ ਸੋਸ਼ਲ ਮੀਡੀਆ ਦੇ ਬੇਟਾ ਇਹੀ ਲਿਆਉਣ ਵਾਲਾ ਸਾਨੂੰ ਜਦੋਂ ਪਹਿਲਾਂ ਦੱਸਿਆ ਨਾ ਬੁਲਾਇਆ ਸੀ ਅਸੀਂ ਨੇ ਸੋਸ਼ਲ ਮੀਡੀਆ 'ਤੇ ਪਾਉਣ ਵਾਸਤੇ ਮੇਰੇ ਖਿਆਲ 17 ਦੀ ਗੱਲ ਹੈ ਨਾ ਅਤੇ ਬਸ ਇਹਨੇ ਸਾਡਾ ਗਾਣਾ ਆਪਾਂ ਪਹਿਲਾਂ ਗੱਲ ਸਾਂਝੀ ਕਰਕੇ ਹਟਿਆ ਉਹ ਪਾਇਆ ਤੇ ਉਹ ਚੱਲ ਪਿਆ ਬਸ ਉਦੋਂ 17 ਤੋਂ ਚੱਲੀ ਜਾਂਦਾ ਬਾਪੂ ਜੀ ਦਾ ਨਾ ਜੇ ਬਾਪੂ ਜੀ ਦੀ ਗੱਲ ਕਰੀਏ ਤੇ ਇਹਨਾਂ ਦੀ ਆਈਡੀ ਤੇ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਵੀ ਗਾਣੇ ਦੇਖਣ ਵਾਸਤੇ ਹੈ ਇਹਦਾ ਜਣੀ ਉਹ ਨਹੀਂ ਕਰਦੇ ਜਣੀ ਮੈਸੇਜਾਂ ਮੂਸਿਆਂ ਦੇ ਜਵਾਬ ਬਾਪੂ ਜੀ ਨਹੀਂ ਦਿੰਦੇ ਉਹ ਜਾਂ ਸ਼ਾਮਲਾ ਸਾਹਿਬ ਹਰਪਾਲ ਸਿੰਘ ਸ਼ਾਮਲਾ ਸਾਹਿਬ ਦਾ ਪੇਜ ਹੈਗਾ ਉਹਨਾਂ ਦਾ ਯੂਟਿਊਬ 'ਤੇ ਵੀ ਚੈਨਲ ਹੈ ਜਿਹੜਾ ਉਹ ਵੀ ਸਾਡਾ ਉਹਨਾਂ ਦਾ ਹੀ ਹੈ ਅਤੇ ਜਾਂ ਮੇਰੇ ਵਾਲਾ ਪੇਜ ਹੈ ਕੁਲਦੀਪ ਚੱਠੇ ਵਾਲਾ ਜੀ ਬਾਪੂ ਜੀ ਤਾਂ ਬਸ ਜਣੀ ਐਂ ਕਹਿੰਦੇ ਨੇ ਵੀ ਨੇਕੀ ਕਰੋ ਅਤੇ ਖੂਹ 'ਚ ਪਾਓ ਬਸ ਕੰਮ ਕਰੋ ਅਤੇ ਫਲ ਦੀ ਇੱਛਾ ਮਤ ਕਰੋ ਬਾਪੂ ਜੀ ਦੀ ਉਹ ਸੋਚ ਹੈਗੀ ਉਹ ਤੁਸੀਂ ਮੈਨੂੰ ਲੋੜ ਨਹੀਂ ਪੈਂਦੀ ਅਤੇ ਤੁਸੀਂ ਅਤੇ ਬਾਪੂ ਜੀ ਕੁਲਦੀਪ ਜੀ ਕੁਛ ਆਪ ਵੀ ਲਿਖਦੇ ਹੋ ਆਪਣਾ ਲਿਖਿਆ ਹੋਇਆ ਕੁਛ ਹੈ ਜੋ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਬਸ ਜ਼ਿਆਦਾਤਰ ਸ਼ਮਲਾ ਸਾਹਿਬ ਦੀ ਹੈ ਕਿਉਂਕਿ ਸਾਨੂੰ ਵੈਸੇ ਤਾਂ ਚਲੋ ਲਿਖਣ ਨੂੰ ਕਲਮ ਘਸਾਈ ਤਾਂ ਹਰੇਕ ਕਰ ਲੈਂਦਾ ਪਰ ਸਾਨੂੰ ਕਦੇ ਲੋੜ ਹੀ ਨਹੀਂ ਮਹਿਸੂਸ ਹੋਈ ਵੀ ਲਿਖੀ ਹੈ ਬੇਟਾ ਗੱਲ ਇਹ ਹੈ ਥੋੜ੍ਹਾ ਮੋਟਾ ਲਿਖ ਜਿਹੜਾ ਬੰਦਾ ਗਾਉਂਦਾ ਲਿਖ ਹਰੇਕ ਹੀ ਲੈਂਦਾ ਥੋੜ੍ਹਾ ਮੋਟਾ ਘੱਟ ਵੱਧ ਹੈ ਨਾ ਪਰ ਗੱਲ ਹੈ ਇਹਦੇ ਵਿੱਚ ਸਾਡੀ ਡਿਊਟੀ ਹੈ ਸ਼ਮਲਾ ਸਾਹਿਬ ਦੀ ਹੈ ਅਸੀਂ ਜੇ ਕੋਈ ਅੱਖਰ ਪਾਉਂਦੇ ਹਾਂ ਤਾਂ ਉਹਨਾਂ ਦਾ ਹੀ ਹੈ ਬਸ ਸਾਨੂੰ ਕੋਈ ਲੋੜ ਨਹੀਂ ਪੈਂਦੀ ਜੇ ਲਿਖਿਆ ਤਾਂ ਅਸੀਂ ਵੀ ਲਿਖਦੇ ਹਾਂ ਤਾਂ ਵੀ ਉਹਨਾਂ ਦਾ ਹੀ ਆ ਦੂਜੀ ਗੱਲ ਹੋਰ ਉਹ ਵਾਕਿਆ ਹੀ ਇੰਨੇ ਵਧੀਆ ਇਨਸਾਨ ਜੇ ਆਪਾਂ ਕਹਿ ਲਈਏ ਜੇ ਇੱਕ ਗਾਣਾ ਮੰਨ ਲਓ ਕਿਉਂਕਿ ਟੀਮ ਵਰਕ ਦੇ ਵਿੱਚ ਅਸੀਂ ਸੋਚਦੇ ਹਾਂ ਵੀ ਐਂ ਕਰ ਲੈਣਾ ਚਾਹੀਦਾ ਬਾਪੂ ਜੀ ਐਂ ਕਰ ਲੈਣਾ ਚਾਹੀਦਾ ਉਹਨਾਂ ਦੀ ਉਮਰ ਮੇਰੇ ਤੋਂ ਬਹੁਤ ਵੱਡੀ ਆ ਬਿਜਲੀ ਬੋਰਡ 'ਚ SDO ਰਿਟਾਇਰ ਨੇ ਮੰਨ ਲਓ ਜੇ ਕੋਈ ਮੈਂ ਵੀ ਰਾਏ ਦੇ ਦਿੱਤੀ ਬਾਪੂ ਜੀ ਐਂ ਕਰਕੇ ਇਹਨੂੰ ਐਂ ਕਰ ਸਕਦੇ ਆਪਾਂ ਉਹਨਾਂ ਨੇ ਇੱਦਾਂ ਨਹੀਂ ਵੀ ਗੁੱਸਾ ਕਰ ਜਾਣਾ ਵੀ ਨਹੀਂ ਯਾਰ ਮੈਂ ਲਿਖਿਆ ਤੈਨੂੰ ਕੀ ਪਤਾ ਨਾ ਚਾਹੇ 10-10 ਵਾਰੀ ਗਾਣਾ ਇੱਕ ਐਂ ਕਰਕੇ ਚੇਂਜ ਕਰ ਸਹੀ ਕਰ ਕਹਿਣਗੇ ਤਰਜ ਬਦਲੋ ਜਾਣੀ ਇਹਦੀ ਹੋਰ ਬਣਾ ਲਓ ਕੁਛ ਜਾਣੀ ਛੰਦਾਂ ਦੀਆਂ ਉਹ ਹੁੰਦੀਆਂ ਨੇ ਨਾ ਬਣ ਗਈਆਂ ਵੀ ਚਾਹੇ ਉਹਨੂੰ ਕੋਰੜੇ ਨੂੰ ਸਰਪਟ ਕਰ ਲਓ ਡੂਡਾ ਕਰ ਲਓ ਢਾਈਆ ਕਰ ਲਓ ਇੱਦਾਂ ਕਰ ਲਓ ਉਹ ਅੱਕਦੇ ਨਹੀਂ ਹੈਗੇ ਜਾਣੀ ਆਪਣੇ ਫੀਲਡ ਦੇ ਵਿੱਚ ਬਾਕਮਾਲ ਕੰਮ ਕਰਦੇ ਨੇ ਇਸ ਕਰਕੇ ਸਾਨੂੰ ਲੋੜ ਜੀ ਮਹਿਸੂਸ ਨਹੀਂ ਹੋਈ ਕਦੇ ਤਾਂ ਬਿਲਕੁਲ ਕੁਲਦੀਪ ਜੀ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਗੀਤਕਾਰ ਨੇ ਹਰਪਾਲ ਸਿੰਘ ਸ਼ਮਲਾ ਜੀ ਸਾਡੇ ਨਾਲ ਉਹ ਵੀ ਮੌਜੂਦ ਨੇ ਅਤੇ ਆਓ ਤੁਹਾਨੂੰ ਉਹਨਾਂ ਦੇ ਵੀ ਰੂਬਰੂ ਕਰਵਾ ਦਿੰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਵਾਗਤ ਹੈ ਤੁਹਾਡਾ ਜ਼ੀ ਮੀਡੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਟੀਮ ਵੱਲੋਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣਾ ਲਿਖਦੇ ਹੋ ਬਾਪੂ ਜੀ ਕੁਲਦੀਪ ਜੀ ਆਪਣੇ ਗੀਤਾਂ 'ਚ ਪਰਾਉਂਦੇ ਨੇ ਅਤੇ ਕਿਵੇਂ ਇਹਨਾਂ ਨਾਲ ਸਵੱਬ ਬਣਿਆ ਅਤੇ ਕਿੱਦਾਂ ਜਾਣਕਾਰੀ ਸਾਂਝੀ ਕਰੋ ਸਾਡਾ ਨਾ ਪਹਿਲਾਂ ਮੇਵਾ ਸਿੰਘ ਜੀ ਨਾਲ ਮੇਰਾ ਸੰਪਰਕ ਬਣਿਆ ਇਹ ਤਕਰੀਬਨ 2007 ਦੀ ਗੱਲ ਹੈ ਅਤੇ ਮੈਨੂੰ ਲਿਖਣ ਦਾ ਸ਼ੌਕ ਸੀ ਇਹਨਾਂ ਨੂੰ ਪਹਿਲਾਂ ਤੋਂ ਹੀ ਗਾਉਣ ਦਾ ਸ਼ੌਕ ਸੀ ਅਤੇ ਬਸ ਉਸ ਤੋਂ ਬਾਅਦ ਫਿਰ ਲਗਾਤਾਰ ਇਕੱਠੇ ਹੀ ਚੱਲ ਰਿਹਾ ਕੁਲਦੀਪ ਜੀ ਸਾਡੇ ਨਾਲ ਨੇ ਠੀਕ ਹੈ ਨਾ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਅਤੇ ਸ਼ਮਲਾ ਸਾਹਿਬ ਜਿਹੜਾ ਤੁਹਾਡੇ ਦਿਲ ਦੇ ਸਭ ਤੋਂ ਕਰੀਬ ਗਾਣਾ ਹੈ ਉਹ ਜ਼ਰਾ ਦੱਸੋ ਆਪਾਂ ਫਿਰ ਉਹਨਾਂ ਦੀ ਆਵਾਜ਼ ਤੋਂ ਸੁਣੀਓ ਜੇ ਤੂੰ ਮੰਜ਼ਿਲ 'ਤੇ ਚੱਲਿਆ ਫਿਰ ਦੋ ਮੋੜ ਨਾ ਮੁੜੀ ਅਤੇ ਜਾਣਾ ਕਿਵੇਂ ਆ ਉਹ ਗਾਣਾ ਦੱਸੂਗਾ ਤਾਂ ਬਿਲਕੁਲ ਸ਼ਮਲਾ ਜੀ ਦੀ ਫਰਮਾਇਸ਼ 'ਤੇ ਉਹਨੇ ਇਹ ਗਾਣਾ ਤਾਂ ਬਣਦਾ ਹੀ ਹੈ ਫੇਰੋਂ ਚੱਲੀ ਆਏ ਤੂੰ ਬੁੱਤਾ ਮਿੱਥੀ ਮੰਜ਼ਿਲ ਦੇ ਵੱਲੇ ਮੇਰੇ ਚਾਰ ਕੀ ਸੁਝਾਣੇ ਲੈ ਜੀ ਬਣ ਕੇ ਤੂੰ ਪੱਲੇ ਫੇਰੋਂ ਚੱਲੀ ਆਏ ਤੂੰ ਪੁੱਤਾ ਮਿੱਥੀ ਮੰਜ਼ਿਲ ਦੇ ਵੱਲੇ ਸਾਡੇ ਚਾਰ ਕੀ ਸੁਝਾਣੇ ਲੈ ਜੀ ਬਣ ਕੇ ਤੂੰ ਪੱਲੇ ਖੱਬੇ ਮੋੜ ਤੀ ਅਠੇਕਾ ਖੱਬੇ ਮੋੜ ਤੀ ਅਠੇਕਾ ਸੱਜੇ ਐਸ਼ ਦਾ ਟਿਕਾਣਾ ਦੋਨੇ ਮੋੜ ਹੀ ਮੁੜੀ ਨਾ ਜੇ ਤੈਂ ਮੰਜ਼ਿਲ
ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੈਂ ਮੰਜ਼ਿਲ ਤੇ ਜਾਣਾ ਦੇਖ ਫਿਲਮਾਂ ਦੇ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਦੇ ਸਿਆਹੀ ਫੇਰ ਲਈ ਨਾ ਤੂੰ ਕਾਲੀ ਦੇਖ ਫਿਲਮਾਂ ਦੇ ਹੀਰੋ ਚੱਕ ਲਈ ਨਾ ਦੁਨਾਲੀ ਚਿੱਟੇ ਲੇਖਾਂ ਤੇ ਸਿਆਹੀ ਫੇਰ ਲਈ ਨਾ ਤੂੰ ਕਾਲੀ ਖੱਬੇ ਮੋੜ ਤੇ ਇੱਕ ਚੈਰੀ ਖੱਬੇ ਮੋੜ ਤੇ ਇੱਕ ਚੈਰੀ ਸੱਜੇ ਮੋੜ ਤੇ ਐ ਥਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੈਂ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੈਂ ਮੰਜ਼ਿਲ ਤੇ ਜਾਣਾ ਤੈਨੂੰ ਹੁਸਨ ਡਲਾਊ ਸਿੱਧਕੋ ਨਾ ਡੋਲੀ ਰਾਂਝੇ ਮਿਰਜੇ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਜਾਦੂਗਰੀ ਦਾ ਬਾਪ ਹੈ ਹੁਸਨ ਲੋਕੋ ਹੋ ਜੀ ਦੀ ਚਾਹੁੰਦਾ ਏ ਮੱਤ ਏ ਮਾਰ ਦਿੰਦਾ ਉੱਤੋਂ ਹੁਸਨ ਦਾ ਬਾਪ ਏ ਨਾਜ ਨਖਰਾ ਉਹ ਕੱਟ ਬੰਦੇ ਨੂੰ ਬਿਨਾਂ ਤਲਵਾਰ ਦਿੰਦਾ ਉਹ ਸ਼ੇਰ ਨਾਲੋਂ ਕਸੂਤੀ ਏ ਝਪਟੀਏ ਦੀ ਇਹ ਜ਼ਾਲਮ ਸੁੱਕਾ ਨਹੀਂ ਜਾਣ ਸ਼ਿਕਾਰ ਦਿੰਦਾ ਕਿਹੜੇ ਬਾਗ ਦੀ ਮੂਲੀ ਤੂੰ ਸ਼ਮਲਿਆ ਵੇ ਇਹ ਧੂਣੇ ਸਾਧਾਂ ਦੇ ਠੰਡੇ ਕਰ ਠਾਰ ਦਿੰਦਾ ਤੈਨੂੰ ਹੁਸਨ ਡਲਾਊ ਪਰ ਸਿੱਧਕੋ ਨਾ ਡੋਲੀ ਰਾਂਝੇ ਮਿਰਜੇ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਤੈਨੂੰ ਹੁਸਨ ਡਲਾਊ ਪੁੱਤ ਸਿੱਧਕੋ ਨਾ ਡੋਲੀ ਹੋ ਰਾਂਝੇ ਮਿਰਜਿਆਂ ਦੇ ਵਾਂਗੂ ਬੂਹਾ ਦਿਲ ਦਾ ਨਾ ਖੋਲੀ ਖੱਬੇ ਮੋੜ ਤੇ ਸਲੇਟੀ ਖੱਬੇ ਮੋੜ ਤੇ ਸਲੇਟੀ ਸੱਜੇ ਪੱਟ ਦਾ ਸਰਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੈਂ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੇ ਮੰਜ਼ਿਲ ਤੇ ਜਾਣਾ ਸ਼ਮਲਾ ਜੀ ਤੁਹਾਡੇ ਗੀਤਾਂ ਦੇ ਬੋਲ ਅਸੀਂ ਸੁਣੇ ਆ ਮਤਲਬ ਤੁਹਾਡੀ ਗੀਤਕਾਰੀ 'ਚ ਸਭ ਤੋਂ ਸੋਹਣੀ ਗੱਲ ਕਿ ਇੱਕ ਸੋਹਣਾ ਸੁਨੇਹਾ ਅਤੇ ਜਿੱਦਾਂ ਸੋਸ਼ਲ ਮੀਡੀਆ ਦਾ ਦੌਰ ਹੈ ਕੰਪਨੀਜ਼ ਵੱਲੋਂ ਔਫਰ ਕਿੰਨੇ ਕੁ ਆਉਂਦੇ ਨੇ ਅਤੇ ਤੁਸੀਂ ਆਪਣੇ ਗੀਤ ਹੋਰ ਕਿਹਨਾਂ ਨੂੰ ਦਿੰਦੇ ਹੋ ਹੋਰ ਜਿਹੜੇ ਗੀਤ ਦੇਣ ਬਾਰੇ ਗੱਲ ਹੈ ਨਾ ਅਤੇ ਮੈਂ ਹੋਰ ਜ਼ਿਆਦਾ ਗੀਤ ਕਿਸੇ ਨੂੰ ਨਹੀਂ ਦਿੰਦਾ ਜੀ ਮੇਰੇ ਗੀਤ ਵੱਡੇ ਵੀਰ ਬੇਵਾ ਸਿੰਘ ਜੀ ਅਤੇ ਮੇਰੇ ਬੇਟੇ ਕੁਲਦੀਪ ਜੀ ਇਹੀ ਗਾ ਰਹੇ ਨੇ ਬਾਕੀ ਮੈਂ ਉਹ ਜ਼ਿਕਰ ਨਹੀਂ ਕਰਨਾ ਚਾਹੁੰਦਾ ਵੀ ਕੋਈ ਇੱਕਾ ਦੁੱਕਾ ਹੋ ਸਕਦਾ ਕਿਤੇ ਪੂਰੇ ਪਰੇ ਚੱਲ ਗਿਆ ਗੀਤ ਦੇਣ ਦੀ ਗੱਲ ਹੈ ਮੈਂ ਇਹਨਾਂ ਨੂੰ ਕਹਿ ਦਿੰਦਾ ਵੀ ਦੇ ਦਿਆ ਕਰ ਕੋਈ ਨਹੀਂ ਕੁਛ ਨਹੀਂ ਘੱਟਦਾ ਹੁੰਦਾ ਹੈ ਨਾ ਕਿਸੇ ਦੀ ਰੋਟੀ ਬਣ ਜੂ ਆਪਾਂ ਨੂੰ ਕੀ ਆ ਤੇਰਾ ਨਾਂ ਹੋਰ ਵਧੀਆ ਬਣ ਜੂ ਪਰ ਇਹ ਜਵਾਬ ਮੈਂ ਚਲੋ ਆਪਣੇ ਸਵਰਗੀ ਸੁਰਿੰਦਰ ਛਿੰਦਾ ਜੀ ਦਾ ਇਹਨਾਂ ਨੂੰ ਫੋਨ ਆਇਆ ਉਹਨਾਂ ਦੇ ਚੇਲੇ ਨੇ ਗੋਲਡੀ ਜੀ ਤੇ ਉਹਨਾਂ ਨੇ ਇਹਨਾਂ ਨੂੰ ਫੋਨ ਕਰਿਆ ਵੀ ਸਾਡਾ ਇੱਕ ਗਾਣਾ ਸੀਗਾ ਮੰਮੀ ਬੇਬੇ ਰੁੱਸ ਜਾਂਦੀ ਹੈ ਬੇਬੇ ਨੂੰ ਮਨਾ ਲਾ ਵੋਟੀ ਰੁੱਸ ਜਾਂਦੀ ਹੈ ਹੈਨਾ ਅਤੇ ਉਹਨਾਂ ਨੇ ਇਹਨਾਂ ਨੂੰ ਫੋਨ ਕਰਿਆ ਵੀ ਇੱਦਾਂ ਅਸੀਂ ਤੁਹਾਡਾ ਗਾਣਾ ਇਹ ਰਿਕਾਰਡ ਕਰਨਾ ਹੈ ਅਤੇ ਇਹ ਕਹਿੰਦੇ ਨਾ ਅਸੀਂ ਕਰਾਂਗੇ ਚਲੋ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਵੀ ਇੱਦਾਂ ਦਾ ਗੱਲ ਮੈਂ ਕਿਹਾ ਕਰ ਦਿਓ ਉਹ ਕਹਿੰਦੇ ਬਾਈ ਤੂੰ ਕਹੀ ਜਾਣਾ ਕਰ ਦਿਓ ਸ਼ਮਲਾ ਜੀ ਲਿਖਣ ਵਾਲੇ ਤਾਂ ਮੰਨਦੇ ਨਹੀਂ ਇਸ ਗੱਲ ਨੂੰ ਮੈਂ ਕਿਹਾ ਨਹੀਂ ਤੁਸੀਂ ਕਰ ਦਿਓ ਕਹਿੰਦੇ ਵੀ ਨਹੀਂ ਇੱਦਾਂ ਨਹੀਂ ਫਿਰ ਹੁਣ ਫਿਰ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਚੰਗਾ ਫਿਰ ਜੇ ਤੂੰ ਕਹਿਣਾ ਸੀ ਕਰ ਦਿੰਦਾ ਪਰ ਉਹਨਾਂ ਤੋਂ ਜਾ ਕੇ ਮੈਨੂੰ ਕਾਪੀਰਾਈਟ ਦਬਾਓ ਵੀ ਨਹੀਂ ਤਾਂ ਉਹ ਤਾਂ ਜਵਾਬ ਦੇਈ ਜਾਂਦੇ ਨੇ ਫਿਰ ਇਹਨਾਂ ਤੋਂ ਮੈਂ ਜਾ ਕੇ ਇਹਨਾਂ ਦੇ ਘਰ ਗਿਆ ਪਿੰਡ ਹੈ ਨਾ ਇਹਨਾਂ ਤੋਂ ਜਾ ਕੇ ਉਹ ਰਾਈਟ ਦਵਾਏ ਅਤੇ ਫਿਰ ਉਹਨਾਂ ਨੇ ਗਾਣਾ ਕੀਤਾ ਮਤਲਬ ਮੈਡਮ ਇੱਕ ਗੱਲ ਦੀ ਮੈਨੂੰ ਤਸੱਲੀ ਹੈ ਚਲੋ ਗਾਉਣ ਵਾਲੇ ਸਾਰੇ ਬਹੁਤ ਵਧੀਆ ਗਾਉਂਦੇ ਨੇ ਕਿਉਂਕਿ ਜਿਹੜੇ ਫੀਲਡ ਦੇ ਵਿੱਚ ਜਿਹੜਾ ਬੰਦਾ ਕੰਮ ਕਰਦਾ ਆਪਣੀ ਬਾਹ ਪੂਰੀ ਲਾਉਂਦਾ ਬਿਲਕੁਲ ਜੀ ਬਿਲਕੁਲ ਪਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਅਸੀਂ ਨੇ ਸੋਸ਼ਲ ਮੀਡੀਆ ਦੇ ਉੱਤੇ ਠੀਕ ਆ ਉਹ ਗਾਣਾ ਪਾਇਆ ਸੀ ਕੁਲਦੀਪ ਜੀ ਅਤੇ ਮੇਵਾ ਸਿੰਘ ਨੇ ਪਰ ਸਾਡੇ ਨੰਬਰ ਉਹਨਾਂ ਨੂੰ ਜ਼ਿਆਦਾ ਸੋਰੀ ਇਸ ਗੱਲ ਦੀ ਇਹ ਚੀਜ਼ ਤਾਂ ਹੈਗੀ ਹੈ ਮਤਲਬ ਸੋਸ਼ਲ ਮੀਡੀਆ 'ਤੇ ਬਹੁਤ ਤੁਹਾਡਾ ਡੰਕਾ ਵੱਜਿਆ ਹੋਇਆ ਦਾਦੇ ਪੋਤੇ ਦੀ ਜੋੜੀ ਦੇ ਪਿੱਛੇ ਕਿਹਦਾ ਰਾਜ਼ ਹੈ ਉਹ ਤੁਹਾਡੇ ਗੀਤਾਂ ਦੇ ਵਿੱਚ ਬਾਖੂਬੀ ਬਿਆਨ ਹੁੰਦਾ ਆ ਅਤੇ ਕਿੰਨੀਆਂ ਕੁ ਔਫਰਸ ਆਉਂਦੀਆਂ ਨੇ ਕੰਪਨੀ ਦੁਆਰਾ ਇੱਕ ਮੁਲਾਜ਼ਮ ਹੋ ਕੰਪਨੀਜ਼ ਦੁਆਰਾ ਕਿੰਨੀਆਂ ਕੁ ਔਫਰਸ ਆਉਂਦੀਆਂ ਨੇ ਅਤੇ ਕਿੱਦਾਂ ਮਤਲਬ ਟਾਈਮ ਕਿੱਦਾਂ ਕੱਢਦੇ ਹੋ ਪ੍ਰੈਕਟਿਸ ਲਈ ਦੇਖੋ ਪ੍ਰੈਕਟਿਸ ਵਾਲੀ ਗੱਲ ਤਾਂ ਜਿਹੜੀ ਹੈਗੀ ਹੈ ਭੈਣ ਮੇਰੀ ਇਹ ਵੀ ਉੱਦਾਂ ਹੀ ਚੱਲਦਾ ਰਹਿੰਦਾ ਸਾਡਾ ਕਿਉਂਕਿ ਜਿਵੇਂ ਕਹਿ ਲਈਏ ਕਵੀਸ਼ਰੀ ਘਰੇ ਹੈਗੀ ਹੈ ਅਤੇ ਬਾਪੂ ਜੀ ਉਹਨਾਂ ਨੂੰ ਸਾਰੀ ਜ਼ਿੰਦਗੀ ਹੋ ਗਈ ਪ੍ਰੈਕਟਿਸ ਕਰਦੇ ਨੂੰ ਇਹ ਅਤੇ ਦੂਜੀ ਗੱਲ ਜਿਹੜੀਆਂ ਕੰਪਨੀਆਂ ਦੇ ਔਫਰ ਤੁਸੀਂ ਗੱਲ ਕਰਦੇ ਹੋ ਅਤੇ ਕੰਪਨੀਆਂ ਕਹਿੰਦੀਆਂ ਨੇ ਵੀ ਜਿਵੇਂ ਜੇ ਕਹਿ ਲਈਏ ਹੁਣ ਬੌਂਡ ਹੋਣ ਵਾਲੀ ਗੱਲ ਉਹ ਨਾ ਤਾਂ ਮੈਂ ਵੀ ਮੁਲਾਜ਼ਮ ਹਾਂ ਮੈਂ ਵੀ ਨਹੀਂ ਕੋਈ ਕਿਸੇ ਨਾਲ ਐਗਰੀਮੈਂਟ ਵਗੈਰਾ ਕਰਦਾ ਅਤੇ ਦੂਜੀ ਗੱਲ ਬਾਪੂ ਜੀ ਹੋਰੀ ਕਹਿੰਦੇ ਹੁਣ ਅਸੀਂ ਐਗਰੀਮੈਂਟ ਕਰਕੇ ਕੀ ਲੈਣਾ ਕੰਪਨੀਆਂ ਆਉਂਦੀਆਂ ਨੇ ਜੀ ਆਇਆਂ ਨੂੰ ਜਿਹੜੀ
ਦੂਜੀ ਗੱਲ ਨਾ ਅਸੀਂ ਅਸਲ ਦੇ ਵਿੱਚੋਂ ਦਿਲੋਂ ਹੈਗੇ ਆ ਪੜਾਸ ਕੱਢਣ ਵਾਲੇ, ਦਿਲੋਂ ਪੜਾਸ ਕੱਢਣ ਵਾਲੇ, ਤੇ ਅਸੀਂ ਕਿਸੇ ਦੀਆਂ ਬੰਦਸ਼ਾਂ 'ਚ ਰਹਿ ਕੇ ਵੀ ਨਹੀਂ ਚੱਲ ਸਕਦੇ। ਅੱਜ ਤਾਂ ਐਂ ਵੀ ਸਿੱਧਾ ਜੱਟ ਬੂਟ ਸੌਦਾ ਸਿੱਧਾ ਕੰਮ ਹੈ। ਅੱਜ ਤਾਂ ਵੀਡੀਓ ਵੀ ਤੁਸੀਂ ਦੇਖਿਆ ਉਹ ਵੀ ਐਡੀਟੂਡ ਵੀ ਨਹੀਂ ਕਰਕੇ ਪਾਉਂਦੇ, ਇਹਦੀ ਜਿਹੜੀ ਬਣਾਈ ਬਸ ਕੈਮਰੇ 'ਤੇ ਕੈਮਰੇ ਜਿਵੇਂ ਉਰੇ ਚੱਲ ਰਿਹਾ ਵੀ ਜਿਵੇਂ ਅਸੀਂ ਮੋਟਰਾਂ 'ਤੇ ਖੇਤਾਂ 'ਚ ਚੱਲਦੇ ਹਾਂ। ਅਤੇ ਠੀਕ ਹੈ, ਦੇਖਾਂਗੇ ਜੇ ਕੋਈ ਸਾਨੂੰ ਜਣੀ ਐਂ ਲੱਗਿਆ ਵੀ ਹਾਂ ਚੱਲ ਵੀ ਠੀਕ ਹੈ ਯਾਰ ਇਹ ਬੰਦਾ ਵੀ ਆਪਣੇ ਵਰਗਾ, ਕਿਉਂਕਿ ਇਹ ਲਾਈਨ ਹੈ ਜਿਹੜੀ ਸੋਚ ਸਮਝ ਕੇ ਚੱਕਣ ਵਾਲੀ। ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ, ਬਹੁਤ ਵਧੀਆ ਲੋਕ ਨੇ, ਬਾਹਲੇ ਵਧੀਆ ਨੇ, ਆਪਦਾ ਕੰਮ ਕਰਨ ਉਹਨਾਂ ਨੂੰ ਮੁਬਾਰਕ ਹੈ। ਹਾਂ ਜੇ ਕੋਈ ਐਂ ਜੇ ਲੱਗਿਆ ਵੀ ਯਾਰ ਇਹ ਆਪਣੇ ਵਰਗਾ ਹੈਗਾ ਉਹਦੇ ਨਾਲ ਕਰ ਲਾਂਗੇ, ਨਹੀਂ ਠੀਕ ਹੈ ਵਧੀਆ ਚੱਲੀ ਜਾਂਦਾ। ਪਰ ਕਿਆ ਬਾਤ ਤੋਂ ਥੋੜ੍ਹਾ ਜਿਹਾ ਬਚ ਕੇ, ਹੋਰ ਕੁਛ ਨਹੀਂ ਹੈਗਾ। ਬਿਲਕੁਲ ਬਿਲਕੁਲ, ਇਹ ਉਮਰ ਦਾ ਤਜਰਬਾ ਕੁਲਦੀਪ ਜੀ ਜਿਹੜੇ ਸਾਡੇ ਨਾਲ ਸਾਂਝਾ ਕਰ ਰਹੇ ਨੇ ਆਪਣੇ ਸ਼ਬਦਾਂ ਦੇ ਵਿੱਚ। ਤੇ ਜਾਂਦੇ ਜਾਂਦੇ ਦਰਸ਼ਕਾਂ ਲਈ ਕੋਈ ਖਾਸ ਸੁਨੇਹਾ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਲਈ ਸਪੈਸ਼ਲੀ? ਖਾਸ ਸੁਨੇਹਾ ਤਾਂ ਬੇਟਾ ਇਹ ਹੈ ਵੀ ਦੇਖੋ ਅੱਜ ਕੱਲ੍ਹ ਨਕਲੀ ਬਹੁਤ ਕੁਛ ਹਰ, ਮੈਂ ਕਹਾਂ ਤੁਸੀਂ ਇੱਥੋਂ ਕੋਈ ਚੀਜ਼ ਲੈ ਤਾਂ ਅਸਲ ਤਾਂ ਮਿਲਦੀ ਨਹੀਂ, ਹੈ ਨਾ। ਉਹ ਤੋਂ ਬਚ ਕੇ ਰਹੋ, ਆਪਣੇ ਖਾਣ ਪੀਣ ਠੀਕ ਰਹੋ, ਵਧੀਆ ਸੁਣੋ, ਵਧੀਆ ਆਪਣੀ ਪੜ੍ਹਾਈ ਲਿਖ ਕੇ ਉੱਤੇ ਆਪਣੀਆਂ ਮੰਜ਼ਿਲਾਂ 'ਤੇ ਪਹੁੰਚੋ, ਆਨੰਦ ਲਓ ਜ਼ਿੰਦਗੀ ਦਾ, ਇਹ ਵਧੀਆ। ਮੈਂ ਤਾਂ ਸੁਨੇਹਾ ਕੀ ਦੇ ਸਕਦਾ ਜੀ, ਮੈਂ ਤਾਂ ਹਾਲੇ ਆਪ ਇਹਨਾਂ ਤੋਂ ਸੁਨੇਹੇ ਲੈਣ ਯੋਗ ਹੀ ਹਾਂ। ਉਹ ਸ਼ਮਲਾ ਸਾਹਿਬ ਦੇ ਗਾਣੇ ਨੇ ਬਹੁਤ ਸਾਰੇ, ਸਾਰੇ ਸੁਨੇਹੇ ਹੀ ਨੇ ਜਿਹੜੀ ਕਹਿਣ ਦਾ ਮਤਲਬ, ਅਤੇ ਤੁਸੀਂ ਜੋ ਵੀ ਸੁਣ ਲਿਓ ਮੈਨੂੰ ਤਾਂ ਲੱਗਦਾ, ਕਿਉਂਕਿ ਇਹਨਾਂ ਦਾ ਜੋ ਵੀ ਮੈਂ ਗਾਉਣਾ ਆਇਆ ਹੁੰਦਾ ਵੀ ਕੋਈ ਨਾ ਕੋਈ ਮੈਸੇਜ ਹੀ ਹੈਗਾ। ਸੋ ਮੈਂ ਹਾਲੇ ਕੋਈ ਮੈਸੇਜ ਦੇਣ ਵਾਲਾ ਤਾਂ ਹੈ ਨਹੀਂ, ਅਤੇ ਇਹਨਾਂ ਤੁਸੀਂ ਬਜ਼ੁਰਗਾਂ ਤੋਂ ਕੀ ਲੈ ਲਓ ਤਜਰਬੇ ਦੀ ਗੱਲ ਤਾਂ ਦੱਸ ਦੇਣਗੇ ਸ਼ਮਲਾ ਸਾਹਿਬ ਕੋਈ ਨਾ ਕੁਛ। ਤਕਰੀਬਨ ਪਹਿਲੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਵੀ ਅਸੀਂ ਕੰਟੈਂਟ ਪਾਈਏ ਉਹ ਪਰਿਵਾਰ ਦੇ ਵਿੱਚ ਬਹਿ ਕੇ ਸੁਣਿਆ ਜਾ ਸਕੇ, ਠੀਕ ਹੈ ਨਾ। ਅਤੇ ਨੰਬਰ 2 'ਤੇ ਗੱਲ ਇਹ ਵੀ ਹੈ ਵੀ ਅਸੀਂ ਆਡੀਅੰਸ ਨੂੰ ਵੀ ਆਪਣੇ ਨਾਲ ਜੋੜਨਾ, ਤਾਂ ਸਾਨੂੰ ਸਟਾਰਟਿੰਗ ਦੇ ਵਿੱਚ ਥੋੜ੍ਹਾ ਜਿਹਾ ਜਿਵੇਂ ਕਹਿੰਦੀ ਨਾ ਮਿਰਚ ਮਸਾਲਾ ਰੱਖਣਾ ਪੈਂਦਾ, ਪਰ ਐਂਡ ਦੇ ਵਿੱਚ ਜਾ ਕੇ ਨਾ ਅਸੀਂ ਮੈਸੇਜ ਆਪਣੇ ਗਾਣੇ ਰਾਹੀਂ ਜ਼ਰੂਰ ਦਿੰਦੇ ਹਾਂ। ਹਾਂਜੀ, ਉਹ ਤੁਹਾਡੀ ਗੀਤਕਾਰੀ 'ਚੋਂ ਬਾਖੂਬੀ ਝਲਕਦਾ ਹੈ। ਅਤੇ ਕੁਲਦੀਪ ਜੀ, ਬਾਪੂ ਜੀ, ਕੋਈ ਜਾਂਦੇ ਜਾਂਦੇ ਕੋਈ ਖਾਸ ਗੀਤ ਜਿਹੜਾ ਤੁਹਾਡੇ ਦੋਵਾਂ ਦੇ ਦਿਲ ਦੇ ਬਹੁਤ ਕਰੀਬ ਹੈ? ਹਾਂ, ਜੋ ਸ਼ਮਲਾ ਜੀ ਨੇ ਨਾ ਇੱਕ ਸਾਡੇ ਠੋਕਰ ਲਿਖੀ ਬੰਦੇ 'ਤੇ, ਅਤੇ ਉਹ ਵਾਇਰਲ ਵੀ ਬਹੁਤ ਹੀ। ਉਹ ਅਸਲ ਵਿੱਚ ਅਸੀਂ ਜਿੱਦੋਂ ਰਿਕਾਰਡ ਕੀਤੀ, ਮੈਂ ਇਹਨਾਂ ਦੇ ਕੋਲ ਰਿਹਾ ਰਾਤ ਨੂੰ, ਅਸੀਂ ਪ੍ਰੋਗਰਾਮ ਤੋਂ ਆਏ ਅਤੇ ਮੈਂ ਸੌਂ ਗਿਆ, ਲਾਈਟਾਂ ਲੂਟਾਂ ਬੰਦ ਕਰਕੇ ਵੀ ਸੌਂ ਗਏ। ਇਹ ਪਿਆ ਪਤਾ ਨਹੀਂ ਕਿਹੜੇ ਵੇਲੇ 10-11 ਵਜੇ ਰਾਤ ਨੂੰ ਮੈਨੂੰ ਇਹਨੇ ਕੁੰਡਾ ਖੜਕਾਇਆ, ਬਾਪੂ ਜੀ ਖੋਲੋ ਗੇਟ। ਮੈਂ ਕੱਪੜੇ ਕੁਪੜੇ ਲਾਹੀ ਪਿਆ ਤੀ, ਮੈਂ ਕਿਹਾ ਮੈਂ ਖੋਲਿਆ, ਕਹਿੰਦਾ ਆਪਾਂ ਗਾਣਾ ਕਰੀਏ। ਮੈਂ ਕਿਹਾ ਨਹੀਂ, ਹੁਣ ਗਾਣੇ ਦਾ ਵਕਤ ਕਿੱਥੇ, 10-11 ਵਜ ਗਏ। ਕਹਿੰਦਾ ਨਹੀਂ ਨਹੀਂ, ਉਹ ਮੈਂ ਕੱਪੜੇ ਪਾਏ ਅਤੇ ਮੈਂ ਪਰ ਨਹੀਂ ਬੰਨ ਲਿਆ, ਹੈ ਨਾ। ਅਸੀਂ ਉਹ ਗਾਇਆ ਸੀ ਉਹਨਾਂ ਦਾ, ਮਤਲਬ ਬੰਦੇ ਦੀ ਜ਼ਿੰਦਗੀ 'ਤੇ ਹੈ ਉਹ, ਉਹਨਾਂ ਤੁਹਾਨੂੰ ਥੋੜ੍ਹਾ ਸੁਣਾ ਦਿਆ। ਬਾਈ ਰਾਣੇ ਰਣਵੀਰ ਨੇ ਵੀ ਆਪਣੇ ਪੇਜ 'ਤੇ ਪਾਇਆ ਸੀ, ਉਹਨਾਂ ਦਾ ਵੀ ਧੰਨਵਾਦ ਕਰਦੇ। ਅਤੇ ਬਾਪੂ ਜੀ ਬਹੁਤ ਘੈਂਟ ਗੱਲ ਸੀਗੀ, ਉਹ ਹੋਰ ਵੀ ਬਹੁਤ ਲੋਕਾਂ ਨੇ ਸ਼ੇਅਰ ਕੀਤਾ। ਗੱਲ ਬੰਦੇ ਦੀ ਜ਼ਿੰਦਗੀ 'ਤੇ ਆ ਵੀ ਬੜਾ ਹੰਕਾਰ ਨਹੀਂ ਕਰਨਾ ਚਾਹੀਦਾ, ਇੱਥੇ ਵੱਡੇ ਵੱਡੇ ਹੋ ਕੇ ਤੁਰ ਗਏ, ਅਤੇ ਸੱਚੀ ਮਿੱਚੀ ਮੈਨੂੰ ਉਹ ਗਾਣਾ ਬੜਾ ਵਧੀਆ ਲੱਗਦਾ। ਅਤੇ ਸ਼ਮਲਾ ਸਾਹਿਬ ਨੇ ਬਾਕਮਾਲ ਲਿਖਿਆ, ਦੱਸਿਓ ਬਾਪੂ ਜੀ ਕੀ ਲਿਖਿਆ। ਹੋ ਕੀ ਮੰਨਿਆ ਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜੇਗਾ, ਤੂੰ ਇੰਨੀ ਵਧੀਆ ਚੀਜ਼ ਨਹੀਂ ਬਸ ਪਰਖ ਪਰਖ ਵਿੱਚ ਟੁੱਟ ਜੇਗਾ, ਤੂੰ ਇੰਨੀ ਵਧੀਆ ਚੀਜ਼ ਨਹੀਂ। ਹੋ ਮੰਨਿਆ ਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜੇਗਾ, ਤੂੰ ਇੰਨੀ ਵਧੀਆ ਚੀਜ਼ ਨਹੀਂ। ਹੋ ਕਾਹਦੇ ਕੱਲਾ ਬਹਿ ਕੇ ਸੋਚੀ ਤੂੰ, ਤੇਰਾ ਕਿਸੇ ਵੀ ਸਾਥ ਨਿਭਾਉਣਾ ਨਹੀਂ, ਤੂੰ ਠੱਗੀਆਂ ਮਾਰ ਜੀਨਾ ਲਈ, ਤੈਨੂੰ ਕੋਲੇ ਖੜੇ ਛਡਾਉਣਾ ਨਹੀਂ, ਜਦ ਬੈਲ ਮਾਰਨੀ ਹੋਣੀ ਨੇ ਦੱਸ ਕਿਹੜੀ ਕੋਠੜੀ ਲੁਕ ਜੇਗਾ, ਕੀ ਮੋਨਿਆ ਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜੇਗਾ, ਤੂੰ ਇੰਨੀ ਵਧੀਆ ਚੀਜ਼ ਨਹੀਂ। ਹੋ ਇਹਨਾਂ ਤੋਂ ਵੱਡਾ ਤੀਰਥ ਨਹੀਂ ਮਾਂ ਪਿਓ ਦੀ ਸੇਵਾ ਕਰਿਆ ਕਰ, ਇਹਨਾਂ ਤੋਂ ਵੱਡਾ ਤੀਰਥ ਨਹੀਂ ਮਾਂ ਪਿਓ ਦੀ ਸੇਵਾ ਕਰਿਆ ਕਰ, ਤੈਨੂੰ ਜੱਗ ਦਿਖਾਇਆ ਜਿਨ੍ਹਾਂ ਨੇ ਸਿਰ ਪੈਰਾਂ ਉੱਤੇ ਧਰਿਆ ਕਰ, ਸਿੱਧਾ ਜਾਵੇਂਗਾ ਨਰਕਾਂ ਨੂੰ ਜੇ ਇਸ ਮੋੜ ਤੋਂ ਉੱਕ ਜੇਗਾ, ਕੀ ਮੁੰਨਿਆ ਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜੇਗਾ, ਤੂੰ ਇੰਨੀ ਵਧੀਆ ਚੀਜ਼ ਨਹੀਂ। ਹੋ ਤੂੰ ਕਿਹੜੇ ਬਾਗ ਦੀ ਮੂਲੀ ਹੈ,
ਜਿੱਥੇ ਸ਼ਾਹ ਸਿਕੰਦਰ ਖੜੇ ਨਹੀਂ ਹੋਣੀ ਦੇ ਅੱਗੇ ਹਾਰ ਗਏ ਇੱਥੇ ਅਰਜਨ ਵਰਗੇ ਅੜੇ ਨਹੀਂ ਕੌਰੂ ਵੀ ਖਾਲੀ ਹੱਥ ਗਿਆ ਕੀ ਵੱਧ ਉਸ ਤੋਂ ਲੁੱਟ ਜਾਏਗਾ ਕੀ ਮੁੰਨਿਆ ਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜਾਏਗਾ ਤੂੰ ਇੰਨੀ ਵਧੀਆ ਚੀਜ਼ ਨਹੀਂ ਹੋ ਬਿਨ ਕਰਮ ਕਮਾਇਆ ਤੋਂ ਉਹਦੇ ਦਰ ਨੀਵਾਂ ਹੋਣਾ ਪਊ ਜੇ ਸ਼ਮਲੇ ਵਾਲਿਆ ਨਾ ਮੰਨੀ ਹੱਥ ਮਾਰ ਮੱਥੇ ਤੇ ਰੋਣਾ ਪਊ ਜੇ ਨਾ ਮੰਨੀ ਹਰ ਬਾਲ ਸਿਆ ਫਿਰ ਅੰਤ ਸਮੇਂ ਪਛਤਾਉਣਾ ਪਊ ਤੂੰ ਵੀ ਮੌਸਮੀ ਮੇਵੇ ਆਈ ਪੱਤ ਝੜਦੇ ਵਿੱਚ ਸੁੱਕ ਜਾਏਗਾ ਕੀ ਮੁੰਨਿਆ ਦਾ ਤੇਰੀਆਂ ਇੱਕ ਠੋਕਰ ਵੱਜੀ ਫੁੱਟ ਜਾਏਗਾ ਤੂੰ ਇੰਨੀ ਵਧੀਆ ਚੀਜ਼ ਨਹੀਂ ਹੋ ਤਾਂ ਬਿਲਕੁਲ ਇਹ ਸੀ ਸਾਡੇ ਨਾਲ ਬਾਪੂ ਮੇਵਾ ਸਿੰਘ ਪਾਲੀਆ, ਕੁਲਦੀਪ ਚੱਠਾ ਜੀ ਅਤੇ ਗੀਤਕਾਰ ਹਰਪਾਲ ਸਿੰਘ ਸ਼ਮਲਾ ਜੀ, ਜਿਨ੍ਹਾਂ ਦੀ ਜੋੜੀ ਸੋਸ਼ਲ ਮੀਡੀਆ 'ਤੇ ਦਾਦੇ ਪੋਤੇ ਦੇ ਨਾਂ ਤੋਂ ਫੇਮਸ ਹੋਈ। ਦਾਦੇ ਪੋਤੇ ਨੇ ਸੋਸ਼ਲ ਮੀਡੀਆ 'ਤੇ ਪੂਰੀ ਧੱਕ ਪਾਈ, ਹਰਪਾਲ ਸਿੰਘ ਸ਼ਮਲਾ ਜੀ ਦੀ ਗੀਤਕਾਰੀ ਨੇ ਇਹ ਫਿਰ ਤੋਂ ਸਾਬਿਤ ਕਰਤਾ ਕਿ ਸੋਹਣੀ ਸਾਫ਼ ਸੁਥਰੀ ਅਤੇ ਪਰਿਵਾਰ 'ਚ ਬੈਠ ਕੇ ਸੁਣਨ ਵਾਲੀ ਗੀਤਕਾਰੀ ਲਈ ਕਦੇ ਵੀ ਸ਼ਬਦਾਂ ਦੀ ਘਾਟ ਨਹੀਂ ਹੁੰਦੀ, ਨਾ ਹੀ ਕਿਸੇ ਸਾਜ਼ ਦੀ ਲੋੜ ਹੁੰਦੀ ਹੈ। ਅਤੇ ਸਾਡੇ ਵੱਲੋਂ ਇਹ ਦੁਆਵਾਂ ਨੇ ਕਿ ਇਹ ਆਉਣ ਵਾਲੇ ਸਮੇਂ ਵਿੱਚ ਵੀ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਅਜਿਹੇ ਗੀਤਾਂ ਦੇ ਨਾਲ ਦਿਲਾਂ ਦੇ ਵਿੱਚ ਰਾਜ ਕਰਨ। ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ। ਅਤੇ ਹੁਣ ਮੈਨੂੰ ਯਾਨੀ ਕਿ ਕੁਲਵਿੰਦਰ ਕੌਰ ਮੁਹੱਬਤ ਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਜ਼ੀ ਮੀਡੀਆ। ਧੰਨਵਾਦ।